ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਇਸ ਅੰਤਰ ਰਵੈ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਮਲਾਰ ਮੋਕਾ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਆਲਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠੋਲਾ ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨ ਜਾਣੈ ਕੋਇਲਾ ਇਹ ਪੰਡੀਆ ਮੋਕਾ ਢੇਡ ਕਹਿਤ ਤੇਰੀ ਪੈਜ ਪੰਛੋੜੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅਤ ਭੁਜ ਭਇਓ ਅਪਾਰ ਲਾ ਫੇਰ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰ ਲਾ
ਤੂੰ ਜੋ ਦਿਆਲ ਕਿਰਪਾਲ ਗਹੀਅਤ ਹੈ ਅਤ ਭੁਜ ਭਇਓ ਅਪਾਰ ਲਾ ਫੇਰ ਦੀਆ ਦੇਹੋਰਾ ਨਾਮੇ ਕੋ ਪੰਡਿਅਨ ਕੋ ਪਿਛਵਾਰ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਮਲਾਰ ਰਾਗ ਅੰਦਰ ਭਗਤ ਬਾਣੀ ਦੇ ਵਿੱਚ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1292-1293 ਅੰਗ 'ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਭਾਈ ਅਮਰੀਕ ਸਿੰਘ ਜੀ ਪ੍ਰਚਾਰਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਸਭ ਤੋਂ ਵੱਡੀ ਜੋ ਸਮੇਂ ਦੀ ਲੋੜ ਹੈ ਉਹ ਹੈ ਕਿ ਪਹਿਲਾਂ ਆਪਾਂ ਆਪਣਾ ਭਲਾ ਕਰੀਏ, ਫਿਰ ਸਰਬੱਤ ਦੇ ਭਲੇ ਵਾਸਤੇ ਅਸੀਂ ਸਰਅੰਜਾਮ ਕਰੀਏ, ਯਤਨ ਕਰੀਏ। ਜਿਨ੍ਹਾਂ ਲੋਕਾਂ ਨੂੰ ਆਪਣੇ ਭਲੇ ਦਾ ਨਹੀਂ ਪਤਾ ਉਹਨਾਂ ਲੋਕਾਂ ਤੋਂ ਸਰਬੱਤ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਕਿ ਕੋਈ ਐਸਾ ਵੀ ਕੰਮ ਕਰਨਗੇ। ਮੇਰੀ ਹਮੇਸ਼ਾ ਬੇਨਤੀ ਹੈ ਕਿ ਸਰਬੱਤ ਦਾ ਭਲਾ ਸਾਡੀ ਅਰਦਾਸ ਨਹੀਂ ਹੈ, ਸਾਡਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਅਗਰ ਕਿਸੇ ਬੰਦੇ ਦੇ ਉਹ ਕੰਮ ਜਿਹੜੇ ਸਰਬੱਤ ਦੇ ਭਲੇ ਵਾਸਤੇ ਨਹੀਂ ਹੈਗੇ, ਉਹਦੀ ਅਰਦਾਸ ਕਿਸੇ ਅਰਥ ਨਹੀਂ ਹੈ। ਸੋ ਉਹ ਹਰ ਕੰਮ ਦਾ ਧਿਆਨ ਕਰੋ ਜਿਹਦੇ ਨਾਲ ਦੂਜੇ ਦਾ ਭਲਾ ਹੋਵੇ। ਦਾ ਅਰਥ ਇਹ ਹੈ ਕਿ ਤੁਹਾਡੇ ਕਰਕੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਸੋ ਭਾਈ ਸੁਚੇਤ ਹੋਵੋ, ਆਪਣੇ ਆਪ ਨੂੰ ਸੇਫ ਕਰੋ, ਦੂਜਿਆਂ ਦੀ ਸੇਫਟੀ ਵਾਸਤੇ ਧਿਆਨ ਰੱਖੋ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਹੜੇ ਤੁਹਾਡੇ ਘਰੋਂ ਬੱਚੇ ਬਾਹਰ ਜਾਂਦੇ ਨੇ, ਤੁਸੀਂ ਸੋਚਦੇ ਹੋ ਕਿ ਬੱਚਿਆਂ ਨੂੰ ਕਰੋਨਾ ਨਹੀਂ ਹੁੰਦਾ। ਨਹੀਂ ਹੁੰਦਾ ਭਾਈ, ਇਹਦਾ ਅਰਥ ਇਹ ਨਹੀਂ ਕਿ ਕਰੋਨਾ ਨਹੀਂ ਹੁੰਦਾ। ਕਰੋਨੇ ਦੇ ਜਿਹੜੇ ਲੱਛਣ ਨੇ, ਖਾਂਸੀ ਹੈ, ਜ਼ੁਕਾਮ ਹੈ, ਨਿੱਛਾਂ ਨੇ, ਬੁਖਾਰ ਹੈ, ਇਹ ਨਹੀਂ ਹੋਏਗਾ। ਪਰ ਜੇ ਉਹ ਬਾਹਰੋਂ ਤੁਰ ਫਿਰ ਕੇ ਘਰ ਲੈ ਆਏ ਤਾਂ ਤੁਹਾਨੂੰ ਸਾਰਿਆਂ ਨੂੰ ਮਰਨ ਵਾਸਤੇ ਉਹ ਤਿਆਰ ਕਰ ਦੇਣਗੇ। ਇਸ ਕਰਕੇ ਆਪਣੇ ਆਪ ਨੂੰ ਰੋਕੋ, ਆਪਣੇ ਬੱਚਿਆਂ ਨੂੰ ਰੋਕੋ। ਅੱਜ ਇੱਕ ਤਬਲੀਗੀ ਸਮਾਜ ਦੀ ਛੋਟੀ ਜਿਹੀ ਗਲਤੀ ਨੇ ਇਸਲਾਮਕ ਚੰਗੇ ਮੁਸਲਮਾਨਾਂ ਦੇ ਵਾਸਤੇ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪੂਰੀ ਕੌਮ ਦੀ ਬਦਨਾਮੀ ਦਾ ਉਹ ਬਾਇਸ ਬਣੇ ਨੇ। ਕੋਈ ਵੀ ਸਿੱਖ ਭਾਈ ਸਿੱਖੀ ਦੇ ਵਾਸਤੇ ਕੋਈ ਐਸੀ ਗਲਤੀ ਨਾ ਕਰੇ। ਬਹੁਤ ਉੱਚਾ ਸੁੱਚਾ ਤੁਹਾਡਾ ਧਰਮ ਹੈ, ਬੜੀ ਉੱਚੀਆਂ ਸੁੱਚੀਆਂ ਤੁਹਾਡੇ ਧਰਮ ਦੀਆਂ ਕਦਰਾਂ ਕੀਮਤਾਂ ਨੇ। ਤੁਹਾਡੇ ਧਰਮ ਦੀਆਂ ਅਮੌਲਕ ਸ਼ਿਕਸ਼ਾਵਾਂ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਭਾਵੇਂ ਅਸੀਂ 2% ਹਾਂ, ਪਰ ਇੱਜ਼ਤ ਸਾਡੀ 100% ਤੋਂ ਵੀ ਬਹੁਤੀ ਹੈ। ਇਸ ਕਰਕੇ ਭਾਈ ਅਸੀਂ ਜ਼ਿਆਦਾ ਜ਼ਿੰਮੇਵਾਰ ਬਣ ਕੇ ਸਮਾਜ ਦੇ ਵਿੱਚ ਵਿਚਰੀਏ। ਖਾਸ ਕਰਕੇ ਜੋ ਤੁਸੀਂ ਕੜਾ ਪਾਉਂਦੇ ਹੋ ਇਹ ਵੀ ਮੈਟਰ ਹੈ, ਹੱਥ ਧੋਵੋ ਅਤੇ ਕੜੇ ਨੂੰ ਵੀ ਧੋਵੋ, ਇਹਨੂੰ ਵੀ ਸੈਨੇਟਾਈਜ਼ਰ ਕਰੋ। ਇੱਕ ਮੇਰੀ ਹਰ ਭੈਣ ਬੀਬੀ ਵੀਰ ਨੂੰ ਬੇਨਤੀ ਹੈ, ਮੁੰਦਰੀਆਂ, ਕੜੇ, ਕਾਂਟੇ, ਚੈਨੀਆਂ ਪਾਉਣ ਵਾਲਿਆਂ ਨੂੰ ਕਿ ਮੈਟਲ ਦੇ ਉੱਪਰ ਵੀ ਇਹ ਬਹੁਤ ਕੈਰੀ ਹੁੰਦਾ। ਸੋ ਇਸ ਕਰਕੇ ਨਾ ਪਾਓ। ਜੇ ਆਪਾਂ ਬਚ ਗਏ ਤਾਂ ਆਪਾਂ ਸਾਰੇ ਸ਼ਿੰਗਾਰ ਕਰ ਲਵਾਂਗੇ,
ਤੇ ਜੇ ਆਪਾਂ ਨਾ ਬਚੇ ਤੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਪਹਿਲਾਂ ਵੀ ਕਹਿੰਦਾ ਸੀ ਹੁਣ ਤੇ ਸਾਹਮਣੇ ਆ ਗਿਆ ਕਿ ਅੰਮ੍ਰਿਤਸਰ ਇੰਜੀਨੀਅਰ ਮਰਿਆ ਘਰ ਦੇ ਮੁੱਕਰ ਗਏ ਅਸੀਂ ਨਹੀਂ ਸਾੜਨਾ ਲੁਧਿਆਣੇ ਇੱਕ ਮਾਂ ਮਰੀ ਉੱਥੇ ਬੱਚੇ ਮੁੱਕਰ ਗਏ ਅਸੀਂ ਮਾਂ ਨਹੀਂ ਸਾੜਨੀ ਲੋਕਾਂ ਨੇ ਸਾਨੂੰ ਘਰੋਂ ਖੇਤਾਂ ਵਿੱਚ ਛੱਡ ਆਉਣਾ ਹੈ ਖੂਨ ਚਿੱਟਾ ਹੋ ਜਾਏਗਾ ਭਾਈ ਨਾ ਆਪਾਂ ਬਹਾਦਰ ਬਣੀਏ ਨਾ ਸੂਰਮੇ ਬਣੀਏ ਆਪਣੇ ਕੱਪੜਿਆਂ ਦਾ ਵੀ ਧਿਆਨ ਰੱਖੋ ਬਾਹਰ ਅੰਦਰ ਵਿਚਰ ਕੇ ਲੈਣਾ ਕੀ ਹੈ ਬਾਹਰ ਜਾਓਗੇ ਕੀ ਲੈ ਕੇ ਆਓਗੇ ਬਾਹਰੋਂ ਕੋਈ ਹੈ ਬਿਜ਼ਨਸ ਕਰੋਨਾ ਹੀ ਹੈ ਜਿੰਨਾ ਮਰਜ਼ੀ ਇਕੱਠਾ ਕਰ ਲਓ ਭਾਈ ਅਗਰ ਤੁਹਾਡੀ ਕੋਈ ਧਰਮ ਦੀ ਸਮਾਜ ਦੀ ਕੋਈ ਦੁੱਖ ਭੁੱਖ ਵੰਡਾਉਣ ਦੀ ਡਿਊਟੀ ਸੇਵਾ ਲੱਗੀ ਹੈ ਤਾਂ ਜ਼ਰੂਰ ਜਾਓ ਸੱਚੇ ਪਾਤਸ਼ਾਹ ਤੁਹਾਡੀ ਮਦਦ ਕਰੇਗਾ ਪਰ ਜੇ ਆਪਾਂ ਐਵੇਂ ਬਾਹਰ ਘੁੰਮਣ ਵਾਸਤੇ ਜਾਵਾਂਗੇ ਰੱਬ ਕਦੇ ਸਾਡੀ ਮਦਦ ਨਹੀਂ ਕਰੇਗਾ ਸੋ ਅਗਲੇ ਸਮੇਂ ਵਾਸਤੇ ਭਾਈ ਅਮਰੀਕ ਸਿੰਘ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਆਪਣਾ ਦਸਵੰਧ ਨਹੀਂ ਇਸ ਤੋਂ ਵੱਧ ਕੱਢੋ ਮਾਇਆ ਦੇ ਨਾਲ ਰਸਦ ਦੇ ਨਾਲ ਸੇਵਾ ਕਰੋ ਲੰਗਰ ਪੱਕਿਆ ਹੋਇਆ ਉੱਥੇ ਲੈ ਕੇ ਜਾਓ ਜਿੱਥੇ ਲੋੜ ਹੈ ਪਤਾ ਕਰ ਲਓ ਪ੍ਰਸ਼ਾਸਨ ਦੇ ਰਾਹੀਂ ਜ਼ਰੂਰ ਸੇਵਾ ਕਰੋ ਪਰ ਲੰਗਰ ਦੀ ਬੇਅਦਬੀ ਅਨਾਦਰ ਨਹੀਂ ਹੋਣਾ ਚਾਹੀਦਾ ਸੋ ਬੜਾ ਲੰਬਾ ਸਮਾਂ ਹੋ ਸਕਦਾ ਇਹ ਸਾਰਾ ਕੁਝ ਚੱਲੇ ਬੜੀ ਜ਼ਿੰਮੇਵਾਰੀ ਨਾਲ ਆਪਾਂ ਸੇਵਾ ਦੇ ਵਿੱਚ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਆਉਣ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਜੇ ਸੁਖ ਦੇਹੇ ਤਾਂ ਤੁਜੈ ਅਰਾਧੀ ਦੁੱਖ ਭੀ ਤੁਜੈ ਧਿਆਈ ਜੇ ਭੁੱਖ ਦੇਹੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਤਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਸਜੇ ਹੋਏ ਸੁੰਦਰ ਦੀਵਾਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਬਾਲਾ ਪ੍ਰੀਤਮ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਤੋਂ ਨਿਤਾ ਪ੍ਰਤੀ ਨਿਯਮ ਅਨੁਸਾਰ ਸਜੇ ਹੋਏ ਦੀਵਾਨ ਅੰਦਰੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੁਆਰਾ ਦੇਸ਼ਾਂ ਵਿਦੇਸ਼ਾਂ ਘਰਾਂ ਦੇ ਵਿੱਚ ਗੁਰੂ ਸ਼ਬਦ ਗੁਰੂ ਦੀ ਸਿੱਖਿਆ ਦੇ ਨਾਲ ਸਿਧਾਂਤ ਦੇ ਨਾਲ ਜੁੜ ਬੈਠੇ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਗੁਰੂ ਖਾਲਸਾ ਜੀ ਆਓ ਸਾਰੇ ਗੁਰਮਾਈ ਭਾਈ ਮਿਲ ਕਰਕੇ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਅਤੇ ਨਾਲ ਜੋ ਕਰੋਨਾ ਵਾਇਰਸ ਦੇ ਮਰੀਜ਼ ਹਨ ਉਹਨਾਂ ਦਾ ਇਲਾਜ ਕਰ ਰਹੇ ਸਮੂਹ ਡਾਕਟਰ ਸਿਸਟਰ ਹੋਰ ਜਿਤਨਾ ਪ੍ਰਸ਼ਾਸਨ ਇਸ ਮੈਦਾਨ ਵਿੱਚ ਸੇਵਾ ਵਿੱਚ ਲੱਗਾ ਹੋਇਆ ਉਹਨਾਂ ਦੇ ਭਲੇ ਵਾਸਤੇ
अपने वास्ते गुरु चरणा च नमस्कार करिए। सब गुरु माई भाई प्यार दे नाल आखो जी वाहेगुरु जी का खालसा वाहेगुरु जी की फतेह। अज दा जो पावन लड़ी पार शब्द बहुत ही सत्कार जो सिंह साहिब ज्ञानी रणजीत सिंह जी हेड ग्रंथी जिया दे पासों आप जी ने इस पावन शब्द का पाठ शवन किया है जो अज विचार अधीन है। मलार राग दे अंदर भगत नामदेव जी का यह दूसरा शब्द है। इस पावन शब्द के अंदर भगत जी ने इस तो पहला जो उस अकाल पुरख जो सज्जन सच्चा पातशाह श्री शाहां दा शाह है, जो राजान राज है, उदा दरबार कैसा है, उदा राज कैसा है, सिंघासन कैसा, उदे सेवादार मंत्री कैसे हन, जो अटल राजा है, उसदे चरणां विच जुड़न वास्ते अज दे शब्द विच बेनती कीती है। मलार मोको तू ना बिसार, तू ना बिसार, तू ना बिसारे रामैया। ये शब्द की पहली पंक्ति और ये राहों दियां तुकां। गुरु प्यारी सा संगत जो रब दा प्यारा है, जो रब दा सेवक है, उन्हों अपने मालक दे उते माण है। जा तू ता मैं माण किया है, तुद बिन मेरा कहा माण। उन्हों अपने मालक ते विश्वास है, भरोसा है। वो एक परमात्मा ते ओट आसरा विश्वास रखता है। एक सज्जन सब सज्जना, एक वैरी सब वात। जा तू मेरे वल है ता क्या मछंदा, तुद सब कुछ मैनू सौंपिया जा तेरा बंदा। ताको धोखा कहां ब्यापै, जाको ओढ़ तुहारी। वो अपने मालक ते अटल विश्वास भरोसा रखता है। महापुरखां दे बचन आपां गाहे बगाहे पढ़ते हाँ कि मेरा रुसे ना कलगियां वाला, जग भावें सारा रुस जाए। गुरु प्यारी साध संगत रब दे प्यारे नूं भगत नूं पता है कि एक मालक जे मेरे वल है, उस साहिब दे नाल मैं जुड़िया रवांगा तो फिर मेरा कोई कुछ बिगाड़ नहीं सकता। जदों आपां बाणी पढ़दे हां ते बाणी दे अंदर दो शब्द इको जैसे आउंदे ने, जिवें विछड़ना ते विसरना। उचारण विच दोनां शब्दां नूं नेड़े वेख्या जांदा है, जदों अर्थां विच जाने ते दोनां च बड़ा अंतर है। जिहड़ा विछड़ गया है उहदे अंदर मिलन दी भावना है। एक मित्र तो मित्र विछड़ गया मिल सकता, रिश्तेदार तो रिश्तेदार विछड़िया उन्हों याद है कदे मिल पवेगा। प्रसाद संगत जिहड़ा विसरना शब्द है, जिहड़ा विसर जांदा है उहदे लई फिर कोई जतन कोई रस्ता खुला नहीं रह जांदा। जिवें एक सुत्ता है उन्हों आवाज मार के जगाया जा सकता है, पर जिहड़ा मर जांदा है उहदे लई सारे हिले वसीले मुक जांदे ने। गुरबाणी दे अंदर बचन आउंदा है तुद चित आए महा आनंदा, जिस विसरै सो मर जाए। विसर जाना भाव मर जाना, आखां जीवां विसरै मर जाओ। परमात्मा तो विछड़ जाना
ਬਹੁਤਾ ਦੁਖਦਾਈ ਨਹੀਂ ਹੈ। ਗੁਰੂ ਦੇ ਕੋਲ ਆਏਗਾ, ਕਦੇ ਅਰਦਾਸ ਕਰੇਗਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੈ ਕੇ। ਗੁਰੂ ਦੇ ਕੋਲ ਆਏਗਾ, ਅਰਦਾਸ ਕਰੇਗਾ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸ ਹੇਠ, ਗੁਰੂ ਉਹਨੂੰ ਪਰਮਾਤਮਾ ਦੇ ਨਾਲ ਮਿਲਾ ਦੇਗਾ। ਪਰ ਕਹਿਣ ਲੱਗੇ, ਜੇ ਵਿਸਰ ਗਿਆ, ਜੇ ਭੁੱਲ ਗਿਆ, ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਹਰ ਵਿਸਰਤ ਸਦਾ ਖੁਆਰੀ। ਜਦੋਂ ਪਰਮਾਤਮਾ ਵਿਸਰ ਜਾਂਦਾ ਹੈ ਤੇ ਬੰਦੇ ਦੇ ਪੱਲੇ ਖੱਜਲ ਖੁਆਰੀ ਤੋਂ ਬਿਨਾਂ ਕੱਖ ਨਹੀਂ ਰਹਿੰਦਾ। ਮੇਰਾ ਤੇਰਾ ਛੋਡੀਏ ਭਾਈ, ਹੋਈਏ ਸਭ ਕੀ ਧੂਰ। ਤੀਸਰੀ ਪੰਕਤੀ ਵਿੱਚ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਤਿਤ ਦਿਨ ਮਰੀਐ ਚੂਰ। ਪਰਮਾਤਮਾ ਤੋਂ ਨੂੰ ਭੁੱਲ ਜਾਣਾ, ਪਰਮਾਤਮਾ ਤੋਂ ਵਿਸਰ ਕੇ, ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਦਾ ਹਾਲ ਕੀ ਹੈ? ਕਹਿਣ ਲੱਗੇ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਭਿਨ ਉਤ ਪੁੱਜ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੇ ਕੋਠੀ ਤੇਰਾ ਨਾਮ ਨਾਹੀ। ਕੀ ਵਿਸਰੈ ਦੁੱਖ ਬਹੁਤਾ ਲਾਗੇ। ਕਹਿਣ ਲੱਗੇ, ਪਾਤਸ਼ਾਹ ਤੈਨੂੰ ਭੁੱਲ ਜਾਣਾ ਦੁੱਖਾਂ ਦੀ ਹੀ ਪੰਡ ਹੈ, ਹੋਰ ਕੁਛ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਵਿਸਰ ਜਾਣਾ ਬੜਾ ਖਤਰਨਾਕ ਹੈ। ਜਿਹੜਾ ਭੁੱਲ ਗਿਆ, ਜਿਹੜਾ ਵਿਸਰ ਗਿਆ, ਉਹਦੇ ਵਾਸਤੇ ਫਿਰ ਕੋਈ ਉਪਰਾਲਾ ਸਾਧਨ ਰਹਿ ਨਹੀਂ ਜਾਂਦਾ। ਵਿਛੜਿਆ ਹੈ, ਪਰਮਾਤਮਾ ਨੂੰ ਮਿਲੇਗਾ। ਤੋ ਕਹਿਣ ਲੱਗੇ, ਧਰਮ ਦੀ ਯਾਤਰਾ ਦੇ ਵਿੱਚ ਜਿਹਨੇ ਸਿਖਰ ਤੇ ਪਹੁੰਚਣਾ, ਉਹਦੇ ਜੀਵਨ ਵਿੱਚ ਚੇਤਾ ਜ਼ਰੂਰ ਆਉਣਾ ਚਾਹੀਦਾ, ਸਿਮਰਨ ਜ਼ਰੂਰ ਆਉਣਾ ਚਾਹੀਦਾ, ਪਰਮਾਤਮਾ ਦੀ ਯਾਦ। ਚੇਤਾ ਹੀ ਤਾਂ ਚੇਤ, ਸਹਿਬ ਸੱਚਾ ਸੋਤ ਨਹੀਂ। ਸਤਿਗੁਰ ਪਾਤਸ਼ਾਹ ਨੇ ਅਰਦਾਸ, ਭਗਤ ਸਾਹਿਬ ਜੀ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਕਹਿਣ ਲੱਗੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ ਰਾਮਈਆ, ਹੇ ਪਰਮਾਤਮਾ ਮੈਨੂੰ ਤੂੰ ਕਿਤੇ ਭੁਲਾ ਨਾ ਦੇਈ, ਮੇਰੀ ਯਾਦ ਰੱਖੀ, ਮੈਨੂੰ ਚਰਨਾਂ ਨਾਲ ਜੋੜੀ ਰੱਖੀ। ਬੜਾ ਹੀ ਪਿਆਰੀ ਗੱਲ ਹੈ, ਵਿਦਵਾਨ ਨੇ ਲਿਖੀ, ਕਹਿੰਦਾ ਨਾਰਦ ਜੀ ਜਾ ਰਹੇ ਸਨ, ਰਸਤੇ ਵਿੱਚ ਇੱਕ ਜੋਗੀ ਬੈਠਾ ਧੂੰਆਂ ਲਾ ਕੇ, ਕਹਿੰਦਾ ਨਾਰਦ ਜੀ ਉਹਨੂੰ ਕਿ ਮੈਂ ਖੁਦਾ ਦੇ ਦਰ ਤੇ ਚੱਲਿਆ, ਦੱਸ ਕੋਈ ਸੁਨੇਹਾ। ਕਹਿਣ ਲੱਗਾ, ਜੇ ਚੱਲਿਆ ਹੈ ਤੇ ਪੁੱਛ ਕੇ ਆਈ, ਮੈਨੂੰ ਕਈ ਦਿਨ ਹੋ ਗਏ ਧੂਣਾ ਲਾ ਕੇ ਬੈਠਿਆਂ, ਜਗਰਾਤਰੇ ਕਰਦਿਆਂ, ਮੈਨੂੰ ਰੱਬ ਕਦੋਂ ਮਿਲੇਗਾ? ਕਹਿਣ ਲੱਗੇ, ਠੀਕ ਹੈ। ਅੱਗੇ ਗਏ, ਇੱਕ ਹੋਰ ਰੱਬ ਦਾ ਪਿਆਰਾ ਬੈਠਾ ਹੈ, ਉਹਨੂੰ ਪੁੱਛਿਆ। ਕਹਿਣ ਲੱਗੇ, ਨਾਰਦ ਜੀ ਮੈਂ ਰੱਬ ਦੇ ਘਰ ਚੱਲਿਆ ਹਾਂ, ਕੋਈ ਸੁੱਖ ਸੁਨੇਹਾ? ਕਹਿਣ ਲੱਗੇ, ਭਾਈ ਮੇਰਾ ਵਾਸਤੇ ਕੋਈ ਸੁੱਖ ਸੁਨੇਹਾ ਨਹੀਂ। ਕਹਿੰਦੇ, ਚੱਲ ਮੈਂ ਆਪੇ ਜਾ ਕੇ ਪੁੱਛਾਂਗਾ। ਜਦੋਂ ਨਾਰਦ ਜੀ ਵਾਪਸ ਆਏ, ਜੋਗੀ ਬੜਾ ਕਾਲਾ ਬੈਠਾ ਸੀ, ਪੁੱਛਿਆ, ਕਹਿੰਦੇ ਰੱਬ ਨੇ ਕੀ ਕਿਹਾ ਮੇਰੇ ਵਾਸਤੇ? ਕਹਿੰਦਾ ਰੱਬ ਨੇ ਕਿਹਾ ਸੀ, ਜਿੰਨੇ ਇਸ ਦਰਖਤ ਦੇ ਪੱਤੇ ਹਨ, ਇੰਨੇ ਜਨਮ ਹੋਰ ਲੈ ਕੇ ਭਗਤੀ ਕਰੇਗਾ ਤੇ ਰੱਬ ਤੈਨੂੰ ਮਿਲ ਪਏਗਾ। ਕਹਿਣ ਲੱਗਾ, ਅੱਛਾ ਇੰਨੇ ਜਨਮ, ਜੇ ਰੱਬ ਨੂੰ ਮੇਰੀ ਕੋਈ ਲੋੜ ਨਹੀਂ ਤੇ ਮੈਨੂੰ ਵੀ ਰੱਬ ਦੀ ਲੋੜ ਨਹੀਂ, ਛੱਡ ਕੇ ਪਾਸੇ ਹੋ ਗਿਆ। ਅੱਗੇ ਗਿਆ, ਉਹ ਰੱਬ ਦਾ ਪਿਆਰਾ ਬੜੇ ਪ੍ਰੇਮ ਵਿੱਚ ਬੈਠਾ। ਨਾਰਦ ਜੀ ਗਏ, ਕਹਿੰਦੇ ਹਾਂ ਭਾਈ ਰੱਬ ਨੇ ਤੇਰੇ ਵਾਸਤੇ ਸੁਨੇਹਾ ਘੱਲਿਆ ਕਿ ਜਿੰਨੇ ਦਰਖਤ ਦੇ ਪੱਤੇ ਹਨ, ਇੰਨੇ ਜਨਮ ਲੈ ਕੇ ਭਗਤੀ ਕਰੇਗਾ, ਰੱਬ ਤੈਨੂੰ ਮਿਲੇਗਾ। ਉਹ ਬੜਾ ਖੁਸ਼ ਹੋਇਆ, ਨੱਚਿਆ ਟੱਪਿਆ, ਕਹਿੰਦਾ ਹੈ ਸ਼ੁਕਰ ਹੈ ਉਸ ਮਾਲਕ ਦਾ ਕਿ ਰੱਬ ਨੇ ਇੱਕ ਦਰਖਤ ਦੇ ਪੱਤੇ ਜਨਮ ਲੈ ਕੇ ਭਗਤੀ ਕਰਨ ਵਾਸਤੇ ਆਖਿਆ, ਕਿਤੇ ਸਾਰੀ ਬਨਸਪਤੀ ਦੇ ਪੱਤੇ ਗਿਣ ਕੇ ਜਨਮ ਨਹੀਂ ਕਹਿ ਦਿੱਤਾ। ਕੋਈ ਗੱਲ ਨਹੀਂ, ਮੈਂ ਇੱਥੇ ਰੱਬ ਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਖੁਸ਼ ਹਾਂ, ਇੰਨਾ ਹੀ ਬੜਾ ਹੈ ਕਿ ਰੱਬ ਨੂੰ ਮੇਰੀ ਯਾਦ ਹੈ। ਭਗਤ ਸਾਹਿਬ ਕਹਿੰਦੇ, ਹੇ ਮਹਾਰਾਜ ਤੂੰ ਮੈਨੂੰ ਭੁਲਾਈ ਨਾ, ਮੈਨੂੰ ਚੇਤੇ ਰੱਖੀ। ਗੁਰੂ ਨਾਨਕ ਦੇਵ ਪਾਤਸ਼ਾਹ ਅਤੇ ਭਾਈ ਮਰਦਾਨਾ ਸਾਹਿਬ ਜੀ ਦਾ ਜੀਵਨ ਜਦੋਂ ਅਸੀਂ ਜਨਮ ਸਾਖੀ 'ਚੋਂ ਪੜ੍ਹਦੇ ਹਾਂ,
गुरु नानक साहब महाराज जी का और भाई मरदाना जी का जे जीवन दो शब्दों में मापना होवे, विद्वान ने बड़ी प्यारी गल आखी। देखो उन्हां दा प्यार, कहिंदे जदों गुरु नानक पातशाह बंदगी सिमरन विच बैठदे ते भाई मरदाना हाथ विच सोटा लैके पंज कदम दूर पहरा दिंदा तां कि उन्हां दी बंदगी विच भगती विच कोई विघन ना पए। जदों गुरु नानक देव पातशाह सिमरन भजन बंदगी विच बैठदे भाई मरदाना हाथ विच लैके सोटा पंज कदम दूर पहरा दिंदा, जदों गुरु नानक देव पातशाह कीर्तन विच जुड़दे हाथ विच लैके रबाब इन्ना नजदीक आ जांदा कि गोडे नाल गोडा खेंदा, इन्ना प्यार आपसी। भाई मरदाना जी गुरु नानक देव पातशाह अफगानिस्तान ते विच दी वगदा कुर्रम दरिया इहदे कंडे तुरे जा रहे। भाई मरदाना जी ने गुरु नानक पातशाह नूं आख्या, कहण लगे सतगुरु दुपहर लगी मैं थक गया हाँ, थोड़ा आराम फरमा लईए। सतगुरां क्या हाँ जरूर करो आराम। भाई मरदाना जी रुख दे छावें बैठे लम्मे पै गए, गुरु नानक देव पातशाह कोल गए, देखिया भाई मरदाना जी तुहानूं ते बुखार बहुत ज़्यादा चढ़िया है, शरीर तपिया पिया, होर नेड़े गए गोद विच सीस रखिया भाई मरदाना जी दा। कहण लगे भाई मरदाना जी तुसी ते निज घर नूं चले हो, तुसी ते सानूं शरीरक विछोड़ा दे चले हो, तुहाडा निज घर जाण दा समां हो गया है। भाई मरदाना जी कहण लगे बाबा भला है, तेरी गोद विच अंत समां आया है। गुरु नानक पातशाह कहण लगे भाई मरदाना तुसां ने असां दी बहुत सेवा कीती है, बड़ी बड़ा साथ दिता है, दसो तुहाडे नां ते मस्जिद उसार दईए, धर्मशाला बना दईए। भाई मरदाना जी बोले, कहण लगे गुरु नानक पातशाह मैं तुहानूं जाणदा हाँ, तुसीं मैनूं शब्द दे द्वारा इस हड्डियां दे पिंजरे दे विचों कढ के कदे भी हुण मसाले इटां गारे दी बनी हुई बिल्डिंग दे विच कैद नहीं करोगे। गुरु नानक पातशाह फिर कहण लगे भाई मरदाना इस धरती दे उपर, इस धरती तों परे कोई भी चीज तू मंग तेरे नाल असां दा वादा है देवांगे, पर तेनू खाली नहीं कलांगे। गुरु नानक देव पातशाह ने जो बचन आके बड़े भावपूर्वक कह लगे सतगुरु पातशाह तू खुदा दा कीर्तनी आ, मैं तेरा कीर्तनी आ। बाबा तू खुदा नू देखिया, मैं तेनू देखिया, तेरी खुदा दे घर चलदी है और तू मेरी मनदा है, जे तुठे हो ते कृपा करियो मैनू अपने तो जुदा ना करियो, विसारियो ना। गुरु नानक पातशाह कहण लगे भाई मरदाना जिथे तेरा वासा उथे मेरा वासा। भाई मरदाना जी का सेवा संभाल कर सतगुरु पातशाह भाई मरदाना जी का सिरपाओ लैके वापस तलवंडी नू आ गए। जदों तलवंडी विच आए सारा तलवंडी शहर इकट्ठा होया, लोग दरिया विछिया, गुरु नानक पातशाह बैठे। भाई मरदाना जी का वड्डा पुत्र सी सहजाद खान, वह अक्सर पिता के नाल नाराज रहिंदा सी, क्रोधित रहिंदा सी कि पिता जी ने सानू जन्म दे के, जे आप उहदा ख्याल सी कि पिता जी तो मेले गेले च रहिंदे ने, बाहर विचरदे रहिंदे ने, असीं रोटी वास्ते भी लोगों के दरवाजिआं ते भटकदे हां, कोई टुकड़ दिंदा ते खा लैंदे, साडी परवरिश नहीं कीती। भाई सहजाद खान जदों आए गुरु नानक पातशाह दे चरणा च मत्था टेकिया ते कह पिछे बैठ गए संगत विच, फिर उठे दुबारे मत्था टेके कहण लगे बाबा जान अबू किथे है। सतगुरु पातशाह चुप रहे, दुबारे फिर बेनती की बाबा अबू तुहाडे नाल नहीं, अबू किथे है। गुरु नानक देव पातशाह कहण लगे सहजाद खान बेटा तुहाडे अबू निज घर चले गए हन, जेडे निज घर चले जाण उन्हां दे वास्ते रोई दा नहीं, मैं बहुत लंबेरा पंध तय करके तुहाडे अबू दा सिरपाओ लैके तुहाडे लई आया हाँ।
ਤੇ ਦੱਸੋ ਤੁਹਾਡੀ ਕੋਈ ਮੰਗ। ਸ਼ਹਿਜ਼ਾਦ ਖਾਨ ਕਹਿਣ ਲੱਗਾ, ਬਾਬਾ ਤੁਸੀਂ ਤਲਵੰਡੀ ਦੇ ਵਿੱਚ ਬਹੁਤਾ ਸਮਾਂ ਰਹੇ ਹੀ ਨਹੀਂ, ਤੁਸੀਂ ਵਿਦਿਆ ਗਿਆਨ ਬਾਹਰ ਲੁਕਾਈ ਵਿੱਚ ਵੰਡਿਆ, ਅਸੀਂ ਪੜ੍ਹੇ ਵੀ ਨਹੀਂ ਤੇ ਦੋ ਟਾਈਮ ਦੀ ਰੋਟੀ ਵਾਸਤੇ ਵੀ ਅਸੀਂ ਇੱਧਰ ਉੱਧਰ ਭਟਕਦੇ ਰਹੇ। ਤੇ ਬਾਬਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਵੱਡਿਆਂ ਤੋਂ ਕਿਵੇਂ ਮੰਗੀਦਾ ਹੈ ਤੇ ਕੀ ਮੰਗਣਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਹੀਂ ਸਹਿਜਾਦ ਕਹਾਂ, ਤੇਰੇ ਅੱਬੂ ਨੂੰ ਵੀ ਅਸੀਂ ਖਾਲੀ ਨਹੀਂ ਸੀ ਤੋਰਿਆ, ਤੇਰੇ ਨਾਲ ਵਾਅਦਾ ਹੈ ਧਰਤੀ ਤੇ ਧਰਤੀ ਤੋਂ ਬਾਹਰ ਜੋ ਚੀਜ਼ ਮੰਗੋਗੇ ਵਾਅਦਾ ਤੁਹਾਨੂੰ ਦੇਵਾਂਗੇ। ਸਹਿਜਾਦ ਖਾਨ ਨੇ ਬੇਨਤੀ ਕੀਤੀ, ਕਹਿਣ ਲੱਗਾ, ਬਾਬਾ ਜੇ ਤੁੱਠੇ ਹੋ ਤੇ ਫਿਰ ਜੋ ਅੱਬੂ ਜਾਨ ਨੂੰ ਦਿੱਤਾ ਹੈ ਉਹ ਮੈਨੂੰ ਵੀ ਦੇ। ਗੁਰੂ ਨਾਨਕ ਪਾਤਸ਼ਾਹ ਨੇ ਸਿਰ ਪਾਓ ਰਬਾਬ ਸਹਿਜਾਦ ਖਾਨ ਨੂੰ ਬਖਸ਼ੀ ਤੇ ਸਾਖੀਕਾਰ ਲਿਖਦਾ ਹੈ, ਤਲਵੰਡੀ ਦੇ ਲੋਕਾਂ ਨੇ ਕੀਰਤਨ ਦੇ ਦਰਿਆ ਵਿੱਚ ਭਾਈ ਮਰਦਾਨੇ ਦੀ ਯਾਦ ਵਿੱਚ ਲੰਬਾ ਸਮਾਂ ਤੀਰਥ ਇਸ਼ਨਾਨ ਕੀਤਾ। ਜਿਹੜਾ ਗੁਰੂ ਦੇ ਨਾਲ ਜੁੜਦਾ ਹੈ, ਜਿਹੜਾ ਪਰਮਾਤਮਾ ਦੇ ਨਾਲ ਜੁੜਦਾ ਹੈ, ਪਰਮਾਤਮਾ ਉਹਨੂੰ ਫਿਰ ਵਿਸਾਰਦਾ ਨਹੀਂ, ਉਹਨੂੰ ਫਿਰ ਛੱਡਦਾ ਨਹੀਂ। ਇੱਕ ਸੱਜਣ, ਸਭ ਸੱਜਣਾ ਉਹਨੂੰ ਪਤਾ, ਇੱਕ ਮੇਰਾ ਸੱਜਣ ਬਣ ਗਿਆ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜੋ ਰੱਬ ਦੇ ਨਾਲ ਜੁੜ ਗਿਆ ਉਹ ਸਾਰੀ ਕਾਇਨਾਤ ਦੇ ਨਾਲ ਕੁਦਰਤ ਦੇ ਨਾਲ ਜੁੜ ਜਾਂਦਾ ਹੈ। ਭਗਤ ਨਾਮਦੇਵ ਜੀ ਬੇਨਤੀ ਕਰਦੇ ਹਨ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ ਰਾਮਈਆ, ਹੇ ਮਾਲਕ ਮੈਨੂੰ ਤੂੰ ਭੁਲਾਈ ਨਾ। ਕਿਉਂ? ਕਹਿਣ ਲੱਗੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ। ਪਰਮਾਤਮਾ ਜੇ ਤੂੰ ਮੈਨੂੰ ਚੇਤੇ ਰਿਹਾ ਫਿਰ ਮੇਰਾ ਕੋਈ ਕੁਛ ਵਿਗਾੜ ਨਹੀਂ ਸਕਦਾ। ਤੋ ਪਰਮਾਤਮਾ ਦੇ ਘਰ ਦੇ ਵਿੱਚ ਜਿਸਨੇ ਧਰਮ ਦੀ ਪੌੜੀ ਤੇ ਪਹੁੰਚਣਾ ਉਹਦੇ ਵਾਸਤੇ ਸਿਮਰਨ ਪਰਮਾਤਮਾ ਦੀ ਭਜਨ ਬੰਦਗੀ ਚੇਤਾ ਜ਼ਰੂਰੀ ਹੈ। ਤੂੰ ਨਾ ਵਿਸਾਰੇ ਰਾਮਈਆ, ਮਾਲਕਾ ਤੂੰ ਮੈਨੂੰ ਭੁਲਾਈ ਨਾ। ਰਹਾਓ ਆਲਾਵੰਤੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ। ਆਲਾਵੰਤੀ ਉੱਚੇ ਘਰਾਣਿਆਂ ਵਾਲੇ, ਹੁਣ ਭਗਤ ਨਾਮਦੇਵ ਜੀ ਵਿਪਰਵਾਦ ਦੀ ਬਣਾਈ ਹੋਈ ਅਖੌਤੀ ਜਾਤੀ ਵਿੱਚੋਂ ਸ਼ੂਦਰ ਜਾਤੀ ਚੋਂ ਆਉਂਦੇ ਨੇ। ਉਸ ਵੇਲੇ ਸ਼ੂਦਰ ਦਾ ਜਿਣਾ ਇੰਨਾ ਤੁਸ਼ਵਾਰ ਸੀ ਕਿ ਜੇ ਸ਼ੂਦਰ ਕਿਸੇ ਗਲੀ ਚੋਂ ਲੰਘਦਾ ਉਹਦੇ ਗਲ ਪਾਏ ਹੋਏ ਬਸਤਰ ਦੇ ਪਿੱਛੇ ਇੱਕ ਝਾੜ, ਇੱਕ ਛਾਪੀ, ਇੱਕ ਮੋਹੜੀ ਬੰਨ੍ਹ ਦਿੱਤੀ ਜਾਂਦੀ ਤਾਂ ਕਿ ਉਹ ਜਿੱਧਰ ਤੁਰਦਾ ਜਾਏ ਉਹਦੇ ਕਦਮਾਂ ਦੀ ਛਾਪ ਵੀ ਮਿਟ ਜਾਏ। ਉਹਦੇ ਗਲ ਵਿੱਚ ਇੱਕ ਟੱਲੀ ਬੰਨ੍ਹ ਦਿੱਤੀ ਜਾਂਦੀ ਕਿ ਸ਼ੂਦਰ ਜਿੱਧਰ ਨੂੰ ਜਾਏ ਉਹਦੀ ਟੱਲੀ ਤੋਂ ਆਵਾਜ਼ ਲੱਗ ਜਾਏ ਤਾਂ ਕੋਈ ਬ੍ਰਾਹਮਣ ਉਹਦਾ ਪਰਛਾਵਾਂ ਨਾ ਲੈ ਲੈ, ਪਿੱਟਿਆ ਨਾ ਜਾਏ। ਇੰਨਾ ਜੀਣਾ ਸ਼ੂਦਰ ਦਾ ਦੁਸ਼ਵਾਰ ਹੈ। ਸ਼ੂਦਰ ਜੁੱਤੀ ਨਹੀਂ ਪੈਰੀ ਪਾ ਸਕਦਾ, ਸਿਰ ਤੇ ਪੱਗ ਨਹੀਂ ਬੰਨ ਸਕਦਾ, ਧਾਰਮਿਕ ਮੰਦਿਰ ਚ ਜਾ ਕੇ ਮੱਥਾ ਨਹੀਂ ਟੇਕ ਸਕਦਾ, ਵਿਦਿਆ ਪੜ੍ਹ ਨਹੀਂ ਸਕਦਾ, ਨਗਾਰਾ ਵਜਾ ਨਹੀਂ ਸਕਦਾ। ਇਹ ਵਿਤਕਰੇ ਪਾਏ ਹੋਏ ਕਿਹਨਾਂ ਦੇ? ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਜਿਹੜੇ ਮੌਕੇ ਦੇ ਬਣੇ ਹੋਏ ਧਰਮ ਦੇ ਠੇਕੇਦਾਰ ਸਨ ਉਹਨਾਂ ਨੇ। ਹੁਣ ਦੇਖਣਾ ਸਾਧ ਸੰਗਤ ਜੀ, ਬਲਹਾਰ ਜਾਈਏ ਗੁਰੂ ਸਾਹਿਬਾਂ ਤੋਂ, ਸਾਡੇ ਘਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਉਪਦੇਸ਼ ਵੀ ਸਾਂਝਾ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਪੰਗਤ ਵੀ ਸਾਂਝੀ, ਸੰਗਤ ਵੀ ਸਾਂਝੀ। ਤੇ ਬੇਨਤੀ ਕਰਾਂ ਜਿਹੜੇ ਸਾਡੇ ਘਰ ਦੇ ਪਵਿੱਤਰ ਸਰੋਵਰ ਨੇ ਨਾ, ਇਹ ਵੀ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਨੇ। ਉਹਨਾਂ ਦਿਨਾਂ ਵਿੱਚ ਇਹ ਉੱਚੇ ਘਰਾਣਿਆਂ ਵਾਲੇ ਵਿਪਰਵਾਦੀ ਸੋਚ ਇਹ ਖਿਆਲ ਰੱਖਦਾ ਸੀ ਕਿ ਜਿੱਧਰੋਂ ਚਸ਼ਮਾ ਆਉਂਦਾ ਪਹਿਲਾਂ ਬ੍ਰਾਹਮਣ ਇਸ਼ਨਾਨ ਕਰੇਗਾ,
ਉਹਦੇ ਇਸ਼ਨਾਨ ਤੋਂ ਬਾਅਦ ਗਏ ਹੋਏ ਪਾਣੀ ਨਾਲ ਸ਼ੂਦਰ ਪੀਏਗਾ ਤੇ ਇਸ਼ਨਾਨ ਕਰੇਗਾ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਬਿਨਾਂ ਕਿਸੇ ਜਾਤ ਪਾਤ ਵਰਨ ਵੰਡ ਦੇ ਗਰੀਬੀ ਅਮੀਰੀ ਤੋਂ ਵਿਤਕਰੇ ਤੋਂ ਬਿਨਾਂ ਸਰੋਵਰ ਤੇ ਇਸ਼ਨਾਨ ਵੀ ਇਕੱਠਾ ਹੈ, ਪੰਗਤ ਵੀ ਇਕੱਠੀ, ਸੰਗਤ ਵੀ ਇਕੱਠੀ ਹੈ। ਇਹ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸਨ, ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਹੁਣ ਧਿਆਨ ਦੇਣਾ ਸਾਧ ਸੰਗਤ, ਆਲਾਵੰਤੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ, ਕਹਿਣ ਲੱਗੇ ਇਹ ਜਿਹੜੇ ਉੱਚੇ ਘਰਾਣਿਆਂ ਵਾਲੇ ਇਹ ਮੇਰੇ ਤੇ ਕ੍ਰੋਧਿਤ ਨੇ, ਗੁੱਸੇ ਵਿੱਚ ਨੇ। ਕਿਉਂ ਨੇ ਗੁੱਸੇ ਵਿੱਚ? ਭਗਤ ਨਾਮਦੇਵ ਜੀ ਦਾ ਕਸੂਰ ਕੀ ਹੈ? ਦੇਖੋ, ਭਗਤ ਨਾਮਦੇਵ ਨਾ ਤੇ ਮੁਸਲਮਾਨ ਹੈ, ਨਾ ਜੈਨੇ ਬੋਧੀ ਪਾਰਸੀ, ਨਾ ਕੋਈ ਹੋਰ ਜਾਤ, ਉਹ ਸਿੱਖ ਵੀ ਨਹੀਂ ਹੈ, ਉਹ ਇੱਕ ਹਿੰਦੂ ਘਰਾਣੇ ਵਿੱਚੋਂ ਹੈ। ਹੁਣ ਜੇ ਤੇ ਉਹ ਮਸਜਿਦ ਵਿੱਚ ਗਿਆ ਹੁੰਦਾ ਤੇ ਉਹਨੂੰ ਕਹਿੰਦੇ ਭਾਈ ਤੇਰਾ ਉੱਥੇ ਕੀ ਕੰਮ ਸੀ? ਜਿਸ ਮੰਦਿਰ ਵਿੱਚ ਗਿਆ, ਸ਼੍ਰੀ ਕ੍ਰਿਸ਼ਨ ਭਗਵਾਨ ਦੀ ਮੂਰਤੀ ਹੈ, ਹਿੰਦੂ ਧਾਰਮਿਕ ਸਥਾਨ ਵਿੱਚ ਗਿਆ, ਔਰ ਧੱਕੇ ਵੀ ਉਹਨੂੰ ਹਿੰਦੂ ਨੂੰ ਹਿੰਦੂ ਧਾਰਮਿਕ ਸਥਾਨ ਤੋਂ ਪਏ ਨੇ, ਫਿਰ ਉਹਦਾ ਕਸੂਰ ਕੀ ਹੈ? ਜਾਂ ਤੇ ਉਹਨੇ ਆ ਕੇ ਉਹਨਾਂ ਦੀ ਗੋਲਕ ਤੋੜੀ ਹੋਵੇ, ਚੋਰੀ ਕੀਤੀ ਹੋਵੇ, ਜਾਂ ਉਹਨਾਂ ਦੀ ਭਗਤੀ ਵਿੱਚ ਕੋਈ ਵਿਘਨ ਪਾਇਆ ਹੋਵੇ, ਕੋਈ ਡਿਸਟਰਬਨ ਕੀਤਾ ਹੋਵੇ, ਤਾਂ ਹੁਣ ਭਗਤ ਨਾਮਦੇਵ ਜੀ ਦਾ ਕਸੂਰ ਕੀ ਹੈ? ਲੋਕ ਗੁੱਸੇ 'ਚ ਕਿਉਂ ਨੇ? ਕਹਿਣ ਲੱਗੇ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰ ਨਾਮਾ ਪੱਕਰ ਉਠਾਇਆ। ਹੱਸਦਾ ਖੇਲਦਾ ਭਾਵ, ਹੁਣ ਇਹ ਭਗਤ ਨਾਮਦੇਵ ਦੇ ਨਾਲ ਅੱਜ ਤੋਂ ਨਹੀਂ ਗੁੱਸੇ, ਭਗਤ ਨਾਮ ਇਹਨਾਂ ਦੀਆਂ ਚੀਜ਼ਾਂ ਤੋਂ ਪਹਿਲਾਂ ਵੀ ਖੰਡਨ ਕਰਦਾ ਹੈ। ਆਨੀ ਲੇ ਕੁੰਭ ਭਰਾਈਲੇ ਉਦਕ, ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲਮੇ ਉੱਤੇ ਬੀਠਲ ਪਹਿਲਾ ਕਾਏ ਕਰੋ। ਜਤਰ ਦੇਖੋ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦਕੇਲਾ। ਆਨੀਲੇ ਦੂਧ ਰਿਧਾਈਲੇ ਖੀਰੰ, ਠਾਕੁਰ ਕੋ ਨੌਵੇਦ ਕਰੋ। ਪਹਿਲੇ ਦੂਧ ਬਿਟਾਰਿਓ ਬਛਰੈ, ਬੀਠਲ ਪਹਿਲਾ ਕਾਹੇ ਕਰੋ। ਭਗਤ ਨਾਮਦੇਵ ਕਹਿੰਦਾ ਹੈ, ਭਗਤ ਨਾਮਦੇਵ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ, ਉਹ ਮੂਰਤੀਆਂ ਦਾ ਪੂਜਨ ਨਹੀਂ ਕਰਦਾ, ਉਹ ਦੁੱਧ ਨਾਲ ਨਹੀਂ ਧੋਂਦਾ, ਉਹ ਖੀਰ ਬਣਾ ਕੇ ਲਿਆ ਕੇ ਨਹੀਂ ਚੜਾਉਂਦਾ। ਕਿਉਂ ਨਹੀਂ ਚੜਾਉਂਦਾ? ਉਹ ਕਹਿੰਦਾ, ਈ ਬਹਿ ਬੀਠਲ ਊ ਬਹਿ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਕਿਹੜੀ ਜਗ੍ਹਾ ਜਿੱਥੇ ਰੱਬ ਨਹੀਂ? ਹੁਣ ਭਗਤ ਨਾਮਦੇਵ ਹੱਸਤ ਖੇਲਤ ਤੇਰੇ ਦੇਹੁਰੇ ਆਇਆ, ਉਹ ਹੱਸਦਾ ਖੇਡਦਾ ਜਿੱਦਾਂ ਦਾ ਸੀ ਉਹ ਤੁਰਿਆ ਆਪਣੀ ਮੌਜ ਵਿੱਚ, ਧਾਰਮਿਕ ਮੰਦਿਰ ਵਿੱਚ ਆ ਗਿਆ ਜਿੱਥੇ ਸਾਰੇ ਭਗਤੀ ਕਰਦੇ ਸਨ। ਜੋ ਦੇਖਿਆ ਹੈ ਸ਼ੂਦਰ ਅੰਦਰ ਆ ਗਿਆ, ਇਹਨੂੰ ਤੇ ਹੁਕਮ ਨਹੀਂ ਇੱਥੇ ਆਉਣ ਦਾ। ਭਗਤ ਕਰਤ ਬੰਦਗੀ ਕਰਦਾ, ਸਿਮਰਨ ਕਰਦਾ ਸੀ, ਨਾਮਾ ਪੱਕਰ ਉਠਾਇਆ, ਉੱਠ ਕੇ ਬਾਹੋਂ ਨੂੰ ਠਾਲ ਦਿੱਤਾ, ਕਹਿੰਦੇ ਚੱਲ, ਕਿਉਂ ਤੂੰ ਸ਼ੂਦਰ ਜਾਤੀ ਦਾ ਹੈ? ਭਗਤ ਸਾਹਿਬਾਨ ਭਗਤ ਕਬੀਰ ਸਾਹਿਬ ਜੀ ਬੇਨਤੀ ਬਚਨ ਕਰਦੇ ਹਨ, ਕਹਿੰਦੇ ਕਬੀਰ, ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਭਗਤ ਰਵਿਦਾਸ ਜੀ ਬੰਦਗੀ ਕਰ ਰਹੇ ਨੇ, ਇੱਕ ਟੋਲਾ ਕੋਲ ਦੀ ਲੰਘਿਆ ਤੇ ਪੁੱਛਦੇ, ਕਹਿੰਦੇ ਰਵਿਦਾਸ ਜੀ ਕੀ ਕਰਦੇ ਹੋ? ਕਹਿਣ ਲੱਗਾ, ਬੰਦਗੀ ਕਰਦਾ। ਕਹਿੰਦੇ ਜੋ ਮਰਜ਼ੀ ਕਰੀ ਜਾ, ਰਹਿਣਾ ਤਾਂ ਤੂੰ ਸ਼ੂਦਰ ਦਾ ਸ਼ੂਦਰੀ ਹੈ। ਫਿਰ ਉਹਨੇ ਆਵਾਜ਼ ਮਾਰੀ, ਕਹਿਣ ਲੱਗੇ, ਨਾਗਰ ਜਨਾ ਹੇ ਨਗਰ ਨਿਵਾਸੀਓ, ਹਾਂ ਮੇਰੀ ਜਾਤ ਚਮਾਰ ਹੈ, ਪਰ ਮੇਰਾ ਹਿਰਦਾ ਦੇਖੋ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੇਰੇ ਹਿਰਦੇ ਵਿੱਚ ਰੱਬ ਬੈਠਾ ਹੈ। ਕਹਿਣ ਲੱਗੇ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤਬਾ ਨਾਰਸੀ ਆਸ ਪਾਸਾ, ਹਾਂ ਮੇਰੀ ਜਾਤ ਸ਼ੂਦਰ ਹੈ, ਮੇਰਾ ਕੰਮ ਹੈ ਪਸ਼ੂਆਂ ਦਾ ਚੰਮ ਢੋਣਾ, ਜੁੱਤੀਆਂ ਗੰਢਣੀਆਂ। ਪਰ ਕਹਿਣ ਲੱਗੇ, ਅਬ ਵਿਪਰ ਪ੍ਰਧਾਨ ਤਿਹ ਕਰ ਹੈ ਡੰਡੋਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਪਰ ਹੇ ਪਾਤਸ਼ਾਹ, ਅੱਜ ਦੇਖ ਤੇਰੇ ਨਾਮ ਦੀ ਬਰਕਤ, ਉਹ ਜਿਹੜੇ ਪ੍ਰਧਾਨ ਠੇਕੇਦਾਰ ਸਨ ਉਹ ਮੱਥਾ ਟੇਕਦੇ ਨੇ ਭਗਤ ਰਵਿਦਾਸ ਸਾਹਿਬ ਜੀ ਨੂੰ। ਬੇਨਤੀ ਕਰਾਂ ਸਾਧ ਸੰਗਤ, ਗੁਰਬਾਣੀ ਦੇ ਅੰਦਰ ਕਿਸੇ ਜਾਤ ਕਰਕੇ ਕਿਸੇ ਨੂੰ ਨਾਂ ਤੇ
ਉਹਨੂੰ ਨਿੰਦਿਆ ਗਿਆ ਤੇ ਨਾ ਹੀ ਕਿਸੇ ਦੀ ਜਾਤ ਕੁੱਲ ਕਰਕੇ ਉਹਨੂੰ ਸਲਾਇਆ ਗਿਆ। ਗੁਰਬਾਣੀ ਦੇ ਅੰਦਰ ਚੰਗੇ ਗੁਣਾਂ ਕਰਕੇ ਸਿਫਤ ਕੀਤੀ ਹੈ ਤੇ ਅਵਗੁਣਾਂ ਕਰਕੇ ਉਹਨੂੰ ਨਿੰਦਿਆ ਗਿਆ ਹੈ, ਉਹਦਾ ਖੰਡਨ ਕੀਤਾ ਗਿਆ ਹੈ। ਭਗਤ ਸਾਹਿਬ ਬਚਨ ਫਰਮਾਉਂਦੇ ਹਨ, ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਕਹਿਣ ਲੱਗੇ ਗਰਭਵਾਸ ਦੇ ਵਿੱਚ ਕਿਸੇ ਦੀ ਜਾਤ ਜਾਣੀ ਹੈ ਕਿਸੇ ਨੇ? ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੋਹਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮਤ ਕੋਏ। ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਨ ਬਾਢ ਕਾਹੀ ਨਹੀਂ ਆਇਆ। ਹੁਣ ਇਹ ਜਿਹੜਾ ਬਚਨ ਸੀ ਇਹ ਬੜਾ ਸਿੱਧਾ ਜਿਹਾ ਟਕੋਰ ਕਰਦਾ ਸੀ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ ਵੀ ਸੱਚ ਇੰਨਾ ਉੱਚਾ ਹੈ ਵੀ ਝੂਠ ਦੇ ਸਿਰ ਤੋਂ ਲੰਘਦਾ ਹੈ, ਝੂਠ ਪੈਰਾਂ ਥੱਲੋਂ ਲੰਘਦਾ ਹੈ। ਝੂਠਾ ਬਰਾਬਰਤਾ ਦੇ ਸਕਦਾ ਪਰ ਇਹਦੇ ਸਿਰ ਤੋਂ ਕੋਈ ਲੰਘੇ ਫਿਰ ਟਕਰਾਅ ਹੋ ਜਾਂਦਾ, ਫਿਰ ਦੋ ਸ਼੍ਰੇਣੀਆਂ ਦਾ, ਦੋ ਵਰਗਾਂ ਦਾ। ਹੁਣ ਜਦੋਂ ਇੱਕ ਹਿੰਦੂ ਨੂੰ ਹਿੰਦੂ ਮੰਦਿਰ ਦੇ ਵਿੱਚੋਂ ਧੱਕੇ ਪੈਣ, ਕਸੂਰ ਉਹਦਾ ਕੋਈ ਨਹੀਂ, ਫਿਰ ਇੱਥੇ ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦਾ ਸਿਧਾਂਤ ਉਹਦੀ ਮਦਦ ਵਿੱਚ ਖੜਾ ਹੁੰਦਾ ਹੈ, ਫਿਰ ਅਕਾਲ ਪੁਰਖ ਆਪਣੇ ਭਗਤ ਦੀ ਮਦਦ ਕਰਦਾ ਹੈ। ਹੁਣ ਜਿਹੜਾ ਬੰਦਾ ਭਰਮ ਦੇ ਵਿੱਚ ਜੀਵਿਆ, ਜਿਹਨੇ ਭਰਮ ਨੂੰ ਕਮਾਇਆ, ਗੁਰੂ ਪਿਆਰੀ ਸਾਧ ਸੰਗਤ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ ਦਿਹਾੜਾ ਆਉਣ ਵਾਲਾ ਹੈ, ਜੋ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੈ ਵੀ ਜਿਹੜੀ ਇਹ ਕੋਰੋਨੇ ਦੀ ਮਹਾਂਮਾਰੀ ਵਰਲਡ ਦੇ ਉੱਤੇ ਚੱਲ ਰਹੀ ਹੈ, ਇਹਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਘਰੋਂ ਘਰ ਹੀ ਰਹਿਣਾ ਹੈ। ਸਿੰਘ ਸਾਹਿਬ ਰੋਜ਼ ਆਪ ਜੀ ਨੂੰ ਬੜੇ ਵਿਸਥਾਰ ਪੂਰਵਕ ਬੇਨਤੀਆਂ ਕਰਕੇ ਸਮਝਾਉਂਦੇ ਨੇ। ਦਾਸ ਨੂੰ ਹੁਕਮ ਹੋਇਆ ਸੀ ਕਿ ਆਪ ਜੀ ਨੇ ਵੀ ਧਿਆਨ ਦੇਣਾ ਇਸ ਚੀਜ਼ 'ਤੇ। ਸਾਧ ਸੰਗਤ ਜੀ, ਜਦੋਂ ਆਪਾਂ ਘਰ ਬਣਾਉਂਦੇ ਹਾਂ ਨਾ, ਤੇ ਘਰ ਬਣਾਉਣ ਵਾਲੇ ਨੂੰ ਪਤਾ ਹੁੰਦਾ ਇਹਦਾ ਰੰਗ, ਪੇਂਟ, ਬੂਹੇ, ਦਰਵਾਜ਼ੇ ਕਿੰਨਾ ਕੁ ਚਿਰ ਚੱਲਣਗੇ, ਇਹਦਾ ਰੀਪੇਂਟਿੰਗ ਕਦੋਂ ਕਰਨਾ ਪਏਗਾ, ਤੇ ਕਈ ਵਾਰੀ ਕੋਈ ਹੁਣ ਹੀ ਘੜ ਜੇ ਤੇ ਪਹਿਲਾਂ ਵੀ ਕਰਨਾ ਪੈ ਜਾਂਦਾ ਹੈ। ਇਸੇ ਤਰ੍ਹਾਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਕੁਦਰਤ ਕਰਕੇ ਵਸਿਆ ਸੋਏ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ, ਪਰਮਾਤਮਾ ਕੁਦਰਤ ਦੇ ਵਿੱਚ ਹੈ। ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਕੁਦਰਤ ਦੇ ਵਿੱਚ ਰੱਬ ਹੈ। ਉਹਨੂੰ ਪਤਾ ਹੈ ਹੁਣ ਵੀ ਇਸ ਕੁਦਰਤ ਦੇ ਉੱਤੇ ਦਿਨ ਮਾੜੇ ਆਏ, ਕਿਉਂਕਿ ਨਾ ਸਾਡਾ ਖਾਣ ਦਾ ਡਿਸਿਪਲਨ, ਨਾ ਸੌਣ ਦਾ ਡਿਸਿਪਲਨ, ਸਾਡਾ ਤੇ ਕੋਈ ਡਿਸਿਪਲਨ ਨਹੀਂ। ਅਸੀਂ ਤੇ ਪੰਛੀਆਂ ਨੂੰ ਵੀ ਮਾਰ ਦਿੱਤਾ, ਪੰਛੀਆਂ ਦਾ ਵੀ ਸੌਣ ਬਹਿਣ ਦਾ ਡਿਸਿਪਲਨ ਹੈ, ਪਰ ਜਿਹੜਾ ਬੰਦਾ ਰਾਤ ਨੂੰ 12-12 ਵਜੇ ਤੱਕ ਡੀਜੇ ਤੇ ਨੱਚਦਾ ਸੀ, ਅੱਜ ਵੇਖੋ ਬੰਦੇ ਨੇ ਫਸਲ ਲਾਈ, ਦੇਖੋ ਮਿਰਚਾਂ ਕੌੜੀਆਂ ਨੇ, ਅਸੀਂ ਮਿਰਚਾਂ ਤੇ ਵੀ ਸਪਰੇ ਕਰਦੇ ਹਾਂ। ਜਦੋਂ ਸਬਜ਼ੀਆਂ ਤੇ ਸਪਰੇ ਕੀਤੀ ਜਾਂਦੀ ਹੈ ਨਾ, ਇੱਥੋਂ ਤੱਕ ਪਸ਼ੂਆਂ ਦੇ ਪੱਠਿਆਂ ਤੇ ਚਾਰੇ ਤੇ ਵੀ ਸਪਰੇ ਕੀਤੀ ਜਾਂਦੀ, ਉਹਨਾਂ ਦਿਨਾਂ 'ਚ ਕਹੀਦਾ ਵੀ 2-4 ਦਿਨੇ ਸਬਜ਼ੀ ਮਿਰਚਾਂ ਨਾ ਤੋੜੋ, ਕਿਉਂ ਇੱਥੇ ਦਵਾਈ ਪਾਈ ਹੈ। ਹੁਣ ਉਸ ਕਰਤੇ ਨੂੰ ਪਤਾ ਵੀ ਕੁਦਰਤ ਦੀ ਸੰਭਾਲ ਕਰਨੀ ਆ, ਉਹਨੇ ਇਸ ਕੁਦਰਤ ਦੇ ਉੱਤੇ ਕੋਰੋਨਾ ਨਾਮ ਵਾਇਰਸ ਦੀ ਦਵਾਈ ਪਾਤੀ ਹੈ ਤੇ ਮਨੁੱਖ ਨੂੰ ਆਖਿਆ ਵੀ ਤੂੰ ਕੁਝ ਦਿਨ ਲਈ ਇਸ ਕੁਦਰਤ ਤੋਂ ਪਾਸੇ ਹੋ ਜਾ, ਕਿਉਂ ਇੱਥੇ ਦਵਾਈ ਏਦਾਂ ਦੀ, ਕਿਉਂਕਿ ਜਿਹੜਾ ਕੋਰੋਨਾ ਵਾਇਰਸ ਹੈ ਮਨੁੱਖ ਨੂੰ ਛੱਡ ਕੇ ਕੁਦਰਤ ਦੇ ਵਾਸਤੇ ਵਰਦਾਨ ਹੈ। ਕੁਦਰਤ ਬੜੀ ਖੁਸ਼ ਹੈ, ਮਨੁੱਖ ਨੂੰ ਆਖਿਆ ਤੂੰ ਥੋੜਾ ਦਿਨ ਪਾਸੇ ਹੋ, ਹੁਣ ਇਹਨੂੰ ਕਿਵੇਂ ਸਵਾਰਨਾ, ਉਹ ਆਪ ਸਵਾਰ ਰਿਹਾ ਹੈ। ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ, ਮਾਲਕ ਨੇ ਘਰ 'ਚ ਕੁੱਤਾ ਰੱਖਿਆ ਹੈ, ਜਦੋਂ ਕੋਈ ਪ੍ਰਾਹੁਣਾ ਆਉਂਦਾ ਉਹ ਡਰਦਾ ਹੈ, ਪਰ ਮਾਲਕ ਕਹਿੰਦਾ ਜਦੋਂ ਤੱਕ ਤੂੰ ਇਹਨੂੰ ਕੁਛ ਨਹੀਂ ਆਖੇਗਾ ਇਹ ਤੈਨੂੰ ਕੁਛ ਨਹੀਂ ਕਹਿੰਦਾ। ਕੁਦਰਤੀ ਆਫਤ ਆਈ ਹੋਈ ਜਿਹੜੀ ਵਰਲਡ ਮਾਰ ਹੈ, ਜਿਹਨੇ ਸਾਰਾ ਕੁਛ ਰੋਕ ਕੇ ਰੱਖ ਦਿੱਤਾ, ਇਹ ਕੁਦਰਤ ਵੱਲੋਂ ਘੱਲਿਆ ਹੋਇਆ ਵਫਾਦਾਰ ਤੇ ਧਿਆਨ ਦੇਣਾ, ਜਿੰਨਾ ਚਿਰ ਅਸੀਂ ਆਪਣੇ ਘਰਾਂ ਵਿੱਚ ਟੇਕੇ ਬੈਠੇ ਹਾਂ, ਸੋਸ਼ਲ ਡਿਸਟੈਂਸ ਹੈ, ਆਪਸੀ ਦੂਰੀ ਹੈ, ਉਦੋਂ ਤੱਕ ਇਹ ਸਾਨੂੰ ਕੋਈ ਕੁਛ ਨਹੀਂ ਕਹੇਗਾ। ਇਹ ਕੋਰੋਨਾ ਉਦੋਂ ਤੱਕ ਸਾਡਾ ਕੁਝ ਨਹੀਂ ਵਿਖਾੜੇਗਾ ਜਦੋਂ ਤੱਕ ਅਸੀਂ ਪ੍ਰਸ਼ਾਸਨ ਦੇ ਦਿੱਤੀਆਂ ਹੋਈਆਂ ਤਹਿਤਾਂ ਦੇ ਅਨੁਸਾਰ ਚੱਲਾਂਗੇ, ਦੂਰੀ ਬਣਾ ਕੇ ਰੱਖਾਂਗੇ, ਕੁਝ ਦਿਨ ਟਿਕ ਕੇ ਬੈਠਾਂਗੇ। ਤੇ ਜੇ ਅਸੀਂ ਬਿਨਾਂ ਲੋੜ ਤੋਂ, ਦੇਖੋ ਸਾਧ ਸੰਗਤ ਅੱਜ ਸਾਨੂੰ ਪਤਾ ਚੱਲ ਰਿਹਾ ਵੀ ਸਾਡੇ ਜੀਣ ਦੀਆਂ ਲੋੜਾਂ ਕੀ ਨੇ, ਅੱਜ ਘਰਾਂ 'ਚ ਬੈਠੇ ਦਿਨ ਕੱਟੇ ਜਾ ਰਹੇ ਨੇ ਨਾ, ਔਰ ਸਾਨੂੰ ਸਾਡਾ ਇਤਿਹਾਸ ਇਹ ਗੱਲ ਗਵਾਹੀ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ 8 ਮਹੀਨੇ ਘੇਰਾ ਪਿਆ ਰਿਹਾ,
ਰਾਸ਼ਨ ਮੁੱਕ ਗਿਆ ਸੀ, ਖਾਣ ਪੀਣ ਨੂੰ ਕੁਝ ਨਹੀਂ ਸੀ, ਸ਼ਾਂਤ ਬੈਠੇ ਰਹੇ। ਸਾਨੂੰ ਤਾਂ ਕੁਝ ਦਿਨਾਂ ਵਾਸਤੇ ਕਿਹਾ ਜਾ ਰਿਹਾ ਨਾ, ਉਹ ਵੀ ਸਾਡੇ ਆਪਣੇ ਵਾਸਤੇ। ਤੇ ਜਦੋਂ ਅਸੀਂ ਗਲੀਆਂ ਚ ਬਿਨਾਂ ਲੋੜਾਂ ਤੋਂ ਨਿਕਲਾਂਗੇ, ਫਿਰ ਧਿਆਨ ਦੇਣਾ, ਕੋਰੋਨਾ ਰੂਪੀ ਕੁੱਤਾ ਸਾਨੂੰ ਡੰਗ ਮਾਰੇਗਾ, ਫਿਰ ਸਾਨੂੰ ਵੱਢੇਗਾ। ਤੇ ਜਦੋਂ ਵੱਢੇਗਾ ਨਾ, ਪਤਾ ਵੀ ਨਹੀਂ ਲੱਗਣਾ। ਸਾਡੀ ਤੇ ਕੋਈ ਪੰਜਾਬੀ ਕਹਾਵਤ, ਆ ਬੈਲ ਮੁਝੇ ਮਾਰ, ਅਸੀਂ ਆਪ ਕੋਰੋਨੇ ਨੂੰ ਬਾਹਰ ਲੈਣ ਜਾ ਰਹੇ ਹਾਂ ਵੀ ਆ ਸਾਡੇ ਘਰ ਸਾਨੂੰ ਪਰੇਸ਼ਾਨ ਕਰ। ਤੇ ਜੇ ਅਸੀਂ ਸਿਆਣਿਆਂ ਦੇ ਕਹੇ ਅਨੁਸਾਰ ਚੱਲਾਂਗੇ ਤੇ ਫਿਰ ਇਹ ਕੋਰੋਨਾ ਸਾਡਾ ਕੁਛ ਵਿਗਾੜੇਗਾ ਨਹੀਂ, ਫਿਰ ਆਪੇ ਕੁਦਰਤ ਨੂੰ ਸਵਾਰ ਕੇ ਘੁੰਮ ਫਿਰ ਕੇ ਚਲਾ ਜਾਏਗਾ। ਦੂਜੀ ਗੱਲ, ਜੀਣ ਵਾਸਤੇ ਘਰ, ਰੋਟੀ, ਕੱਪੜਾ, ਤਿੰਨ ਚੀਜ਼ਾਂ ਵਿਦਵਾਨਾਂ ਨੇ ਚੁਣੀਆਂ ਨੇ, ਸਾਨੂੰ ਮਿਲ ਰਹੀਆਂ ਨੇ। ਵੱਡੇ ਵੱਡੇ ਜਥੇਬੰਦੀਆਂ ਸੇਵਾ ਕਰ ਰਹੀਆਂ ਨੇ, ਪ੍ਰਸ਼ਾਸਨ ਪਹੁੰਚਾ ਰਿਹਾ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਗਏ, ਉਹਨਾਂ ਨੇ ਤਿੰਨੋਂ ਗੱਲਾਂ ਦਾ ਖੰਡਨ ਕਰ ਦਿੱਤਾ। ਕਹਿਣ ਲੱਗੇ, ਸਿੱਖਾ ਵੇਖ, ਅੱਜ ਮੇਰੇ ਕੋਲ ਮੇਰਾ ਘਰ ਨਹੀਂ, ਜੰਗਲਾਂ 'ਚ ਬੈਠਾ, ਕਈ ਦਿਨ ਹੋ ਗਏ ਲੰਗਰ ਪ੍ਰਸ਼ਾਦਾ ਨਹੀਂ ਛਕਿਆ, ਔਰ ਇੱਥੋਂ ਤੱਕ ਆਪਣਾ ਪਾਇਆ ਹੋਏ ਕੱਪੜੇ ਵੀ ਨਹੀਂ ਪਾਏ, ਸੰਗਤ ਸਿੰਘ ਦਾ ਚੋਲਾ ਪਾਇਆ ਉਹ ਵੀ ਲੀੜੋ ਲੀ ਰਿਹਾ। ਕਹਿਣ ਲੱਗੇ, ਆ ਵੇਖ, ਇਹ ਕੁਝ ਵੀ ਨਾ ਮਿਲੇ, ਇੱਕ ਪਰਮਾਤਮਾ ਦੀ ਯਾਦ ਹੈ ਤੇ ਦਿਨ ਕੱਟੇ ਜਾ ਸਕਦੇ। ਸਾਧ ਸੰਗਤ, ਕੁਦਰਤ ਆਪਣਾ ਬੈਲੈਂਸ ਬਣਾ ਕੇ ਰੱਖਦੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਦੇ ਦਿਨ ਸਦੀਵੀ ਨਹੀਂ ਰਹਿੰਦੇ, ਇਹ ਵੀ ਸਦਾ ਨਹੀਂ ਰਹਿਣੇ, ਕੱਟੇ ਜਾਣੇ ਨੇ। ਸਾਨੂੰ ਲੋੜ ਆ ਕੁਝ ਧੀਰਜ ਬਣਾ ਕੇ ਰੱਖਣ ਦੀ, ਕੁਝ ਟਿਕ ਕੇ ਰਹਿਣ ਦੀ, ਉਹ ਵੀ ਸਾਨੂੰ ਆਪਣੇ ਵਾਸਤੇ। ਤੇ ਮੈਂ ਫਿਰ ਬੇਨਤੀ ਕਰਾਂ, ਜੇ ਫਿਰ ਵੀ ਨਿਕਲਣਾ ਹੈ ਨਾ, ਅਸੀਂ ਹੂੜ ਮੱਤ ਕਰਨੀ ਹੈ, ਫਿਰ ਇੱਕ ਡਾਇਰੀ ਤੇ ਪੈਨ ਨਾਲ ਰੱਖੋ, ਜਿਸ ਜਿਸ ਰਿਸ਼ਤੇਦਾਰ ਕੋਲ ਜਾਂਦੇ ਉਹਨਾਂ ਦੇ ਨਾਲ ਨੰਬਰ ਤੋਂ ਫੋਨ ਲਿਖੀ ਆਓ। ਕੱਲ ਨੂੰ ਉਹਨਾਂ ਤੋਂ ਲੱਗ ਗਿਆ ਜਾਂ ਆਪਣੇ ਤੋਂ ਲੱਗ ਗਿਆ ਇਹ ਵਾਰੀ ਆ ਗਈ, ਤੇ ਫਿਰ ਪ੍ਰਸ਼ਾਸਨ ਨੂੰ ਪਰੇਸ਼ਾਨ ਨਾ ਦੱਸ ਦਿਓ ਵੀ ਮੈਂ ਇਕੱਲਾ ਨਹੀਂ, ਇੰਨੀ ਕੁ ਚੈਨ ਮਗਰ ਉਹਨਾਂ ਨੂੰ ਵੀ ਫੜ ਲਿਓ ਜਾ ਕੇ, ਕਿਉਂਕਿ ਆਪਾਂ ਇਕੱਲੇ ਨਹੀਂ ਰਹਿਣਾ। ਇਸ ਕਰਕੇ ਸਾਨੂੰ ਜੋ ਵੱਡਿਆਂ ਵੱਲੋਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ, ਸੋਸ਼ਲ ਡਿਸਟੈਂਸ, ਆਪਸੀ ਦੂਰੀ ਬਣਾ ਕੇ ਕੁਝ ਦਿਨ ਘਰਾਂ 'ਚ ਟਿਕ ਕੇ ਬੈਠੀਏ, ਸਾਨੂੰ ਸਹਿਣਸ਼ੀਲਤਾ ਦੀ ਲੋੜ ਹੈ। ਤੇ ਮੈਂ ਦੂਸਰੀ ਬੇਨਤੀ ਕਰਾਂ, ਸਾਧ ਸੰਗਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਇਸ ਸਥਾਨ ਤੋਂ ਝੋਲੀ ਅੱਡ ਕੇ ਤੁਹਾਡੇ ਕੋਲ ਖੈਰ ਮੰਗਦੇ ਨੇ। ਸਾਧ ਸੰਗਤ ਜੀ, ਕੁਝ ਦਿਨ ਟਿਕ ਕੇ ਬੈਠੋ, ਇਹ ਸਮਾਂ ਲੰਘ ਜਾਏਗਾ, ਫਿਰ ਆਪਾਂ ਇਕੱਠੇ ਹੋਵਾਂਗੇ। ਘਰਾਂ 'ਚ ਬੈਠੇ ਹੋ, ਜਿਹੜੇ ਮਰੀਜ਼ ਨੇ ਹਸਪਤਾਲਾਂ 'ਚ ਪਏ, ਜਿਹੜੇ ਡਾਕਟਰ ਉਹਨਾਂ ਵਾਸਤੇ ਮੈਦਾਨ ਵਿੱਚ ਜੂਝ ਰਹੇ ਨੇ, ਦੇਖੋ ਸਾਨੂੰ ਪ੍ਰਸ਼ਾਸਨ ਨੇ ਆਖਿਆ ਤਾਲੀ ਥਾਲੀ ਅਸੀਂ ਵਜਾਤੀ, ਸਾਨੂੰ ਆਖਿਆ ਦੀਵੇ ਜਗਾਓ ਅਸੀਂ ਜਗਾਤੇ, ਪਰ ਬੇਨਤੀ ਕਰਾਂ ਸਾਧ ਸੰਗਤ, ਸਾਡੇ ਕੋਲ ਇੱਕਜੁੱਟਤਾ ਵਿਖਾਉਣ ਵਾਸਤੇ ਹਰ ਰੋਜ਼ ਸਮਾਂ ਹੈ। ਇੱਥੋਂ ਭਾਈ ਸਾਹਿਬ ਅਰਦਾਸ ਕਰਦੇ ਨੇ, ਤੁਸੀਂ ਆਪਣੇ ਘਰਾਂ 'ਚ 5 ਮਿੰਟ ਉਸ ਅਰਦਾਸ ਵਿੱਚ, ਲਾਈਵ ਅਰਦਾਸ ਹੁੰਦੀ ਹੈ, ਖੜੇ ਹੋਵੋ, ਨਾਲ ਜਕਾਰਾ ਗਜਾਓ, ਫਤਿਹ ਗਜਾਓ ਉਹਨਾਂ ਵਾਸਤੇ ਜਿਹੜੇ ਡਾਕਟਰ ਇਲਾਜ ਕਰ ਰਹੇ ਨੇ, ਆਪਣੇ ਵਾਸਤੇ, ਆਪਣੀ ਇੱਕਜੁੱਟਤਾ ਵਾਸਤੇ, ਤਾਂ ਕਿ ਮਾਲਕ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਦੂਜੀ ਗੱਲ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਤੇ ਬੇਨਤੀ ਕਰਾਂ, ਇਹ ਉਹ ਬਿਮਾਰੀ ਹੈ ਜਿਹੜੀ ਆਪੇ ਆ ਕੇ ਜਾਣ ਵਾਲੀ ਹੈ। ਜਿੰਨੇ ਅਸੀਂ ਆਲਸੀ ਹੋ ਗਏ, ਓਨਾ ਹੀ ਸਾਡਾ ਇਮਿਊਨਿਟੀ ਸਿਸਟਮ ਖਤਮ ਹੋ ਗਿਆ। ਸਾਡੇ ਪਿੰਡਾਂ ਥਾਵਾਂ 'ਚ ਕਈ ਵਜਣੀ ਤੇ ਡੀਜ਼ਲ ਪਾ ਲਓ, ਸੱਟ ਲੱਗੀ ਹਲਦੀ ਦੁੱਧ ਪੀ ਲਓ, ਕੁੱਤੇ ਨੇ ਵੱਢ ਜਾਣਾ ਤੇ ਮਿਰਚਾਂ ਉੱਤੇ ਬੰਨ ਦਿਓ, ਇਹ ਦਵਾਈਆਂ ਹੁੰਦੀਆਂ ਸਨ। ਜ਼ੁਕਾਮ ਹੋ ਜਾਣਾ, 3 ਦਿਨ ਰਹਿਣਾ, ਕਹਿਣਾ ਮਿੱਠੇ ਚੌਲਾਂ ਦੀ ਭਾਫ ਲੈ ਲਓ, ਠੀਕ, ਪੋੜੇ ਨਿਕਲਣੇ ਤੇ ਨਿੰਮ ਪੀ ਲਓ। ਜਿੰਨੇ ਅਸੀਂ ਜ਼ਿਆਦਾ ਅਵੇਸਲੇ ਹੋ ਗਏ, ਬਿਮਾਰੀਆਂ ਆਪ ਲਾਈਆਂ ਹੋਈਆਂ, ਸਾਡੇ ਖਾਣ ਪੀਣ ਦਾ ਪੂਰਾ ਤਰੀਕਾ ਸਹੀ ਨਹੀਂ, ਇਸ ਮੌਕੇ ਵਿੱਚੋਂ ਅਸੀਂ ਬਹੁਤ ਕੁਝ ਸਿੱਖਣਾ ਵੀ ਆ। ਜਦੋਂ ਅਸੀਂ ਠੀਕ ਹੋ ਕੇ ਬਾਹਰ ਆਵਾਂਗੇ ਤੇ ਧਿਆਨ ਦੇਣਾ, ਇੱਕ ਯੁੱਗ ਪਲਟੇ ਵਾਲਾ ਸਮਾਂ ਹੋਵੇਗਾ, ਸਾਨੂੰ ਬੜਾ ਕੁਝ ਪਤਾ ਚੱਲੇਗਾ ਅਸੀਂ ਸਿੱਖਿਆ ਕੀ ਹੈ ਗੁਰਚਰਨਾਂ ਵਿੱਚੋਂ। ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਬੜਾ ਛੋਟਾ ਹੈ, ਪਰ ਇਹਦੇ ਕੋਲ ਜ਼ਿੰਮੇਵਾਰੀਆਂ ਬੜੀਆਂ ਨੇ, ਸੇਵਾਵਾਂ ਬੜੀਆਂ ਨੇ। ਇਹਦਾ ਆਪਣਾ ਸਟਾਫ ਕੋਈ
5-7 हजार परिवार ने। उस तो बाद 84 दे दंग्यां दे पीड़ित होर दंगा पीड़ित इधर उधर लोड़वंदियां ने सेवा और जिथे नाल कार सेवा वाले महापुरख बाबा बचन सिंह जी गुरुद्वारा बाला साहब बाला होस्पिटल 500 बैड का जिदी सेवा आरंभ हुई हुई ये साढ़े कार्ज ने होने किदा जदों असी सारे बूंद बूंद विच सेवा पावांगे। मैं बेनती करा शहरां दे विच बहुता मीटर डाउन है जेडे रोज कमा के खांदे सनो बैठे ने पर पिंडा थावां च मेरे पिंडा वाले हो फसलवाड़ी आई है जिमीदार अपनी फसल चो दसवंध कटदा है। मैं बेनती करा दिल्ली से गुरुद्वारा प्रबंधक कमेटी दी एफडियां नहीं कोई खजाना जमा नहीं जो आउंदा उही चलदा है पर बहुत सारे साडे सिंह सभावां दे विच बड़िया एफडियां बड़िया तो बैंकां ने मार लिया वह एफडियां कदों काम आउणगियां उहनां नूं खिलाओ ते नाल बेनती करा फसल आ गई है साडे घरां च बहुत डेरियां तो बोरियां आया करदियां हो सकदा जे साडियां गलतियां कारण लॉकडाउन वधिया वह ना आ सकन ते साध संगत बेनती करा हर जिमीदार अन्नदाता अपनी फसल विचों गुरु घर का दसवंध कढ़दा है तुहानू हाथ जोड़ के बेनती है तुसी अपनी फसल विचो ते जिन्ना दसवंध बने जिन्ना दे सको गुरु हर कृष्ण पातशाह महाराज जी नू हाजर नाजर जान के ते टीवी दी फ्लैश ते बैंक अकाउंट दिल्ली से गुरुद्वारा प्रबंधक कमेटी दे चल रहे ने उन्हां च अपने हथीं दान कर दिओ। बहुत सारे परिवार आई फसल तो नवा रुमाला चढ़ाते ने सिख का प्यार है गुरु नाल बेनती करा अज रुमाले की थां ते जिहड़े डॉक्टर साडा इलाज कर रहे ने उन्होंने वास्ते भावें जिम्मेदारी प्रशासन की है पर दिल्ली से गुरुद्वारा प्रबंधक कमेटी मोढ़े ना मोढ़ा ला के खड़ी है उन्हां डॉक्टरों वास्ते PPE किटा की लोड़ है जिहड़ी 1800-2000 की आउंदी जिहड़े साडा इलाज करते ने तुसी रुमालियां दी जगह चढ़ाओ रुमाले मैं मना नहीं करता पर जे वह PPE किटां दी प्रबंध किया जाए तुसी दिल्ली से गुरुद्वारा प्रबंधक कमेटी दे बैंक अकाउंट विच माया भेजो तुहाडी माया थाए लगेगी लोड़वंदियां दी सेवा विच आएगी। यह मौका है साडा एकजुटता विखाउण दा जिस तरह सिंह साहिब जी ने दस्या है हाथ वार वार साबण नाल धोईए साडे पाया होया सर्वलोह दा कड़ा मैटल ते जिवें बहुत कोरोना वायरस रुकदा इहदी साफ सफाई अपने घर का पूरा ध्यान रखिए असी अपने आप की रक्षा करनी है असी अपने आप का ध्यान देना है ते परमात्मा की सानू खुशी प्राप्त होवेगी। आलावंती है जो भरम है कह लगे आलावंती है भरम जो है मुझ उपर सब कोपला पातशाह है सारे मेरे ते गुस्से हो रहे ने सूद सूद कर पकड़ उठायो कहां करो बाप बीटला पाछा मैनू शूद्र शूद्र कह के इन्होंने उठाल दिता है भगत करत नामा पकर उठाया क्यों उठाल दिता कह लगे हीनड़ी जात जद मराया छिपे के जन्म काहे को आया। हुण तुसी ध्यान देना बंदा कदे भी अपने पिछे नहीं वेखता जिवें आपां मत्था टेकिया सामने गुरु दे दीदार किते पर कई बार बंदा खुशी लैण वास्ते आउंदा है अगो कोई होर नाल पाड़ा पै जाए तो साडा विश्वास भी बड़ा कच्चा सी ते उसे वेले गुरुद्वारे वख करन हो जाने असी आखे नहीं लगते पर भगत नामदेव जी का कैसा किन्ना प्यार वाला विश्वास है बाह फड़ के उठाल दिता भी तू शूद्र है तू भगती नहीं कर सकता कहन लगे कोई नहीं भगत नामदेव लै कमली चलटिया चलो पलटाए देहुरे पाछे बैठा जाए भगत नामदेव मंदिर दे पिछे जाके बह गए क्योंकि रब नाल तो प्यार है ना रब की बंदगी कर रहे ने नीच जात हर जपत्यां उत्तम पदवी पाए पुछो बिदर दासी सुते किशन उतरिया घर जिस जाए हर की अकथ कथा सुनो जन भाई जित सुनत दुख सुख सब लै जाई रविदास चमार उस्तत करे हर कीर्त निमख एक गाए पतत जात उत्तम पया चार वर्ण पै पगयाए नामे प्रीत लगी गो हर स्यो लोक शीपा कह बुलाए लोक शीबा कहिंदे ने पर खत्री ब्राह्मण पिठ दे छोड़े नाम देव
ਲੀਆ ਮੁਖਲਾਏ ਕਹਿਣਗੇ ਪਾਤਸ਼ਾਹ ਇਹ ਮੇਰੇ ਤੇ ਬੜਾ ਕ੍ਰੋਧਵਾਨ ਹੋ ਰਹੇ ਨੇ, ਤੁਸੀਂ ਕਿਰਪਾ ਕਰੋ, ਮੈਂ ਬੇਨਤੀ ਕਰਾਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਤੇ ਜੇ ਵੰਡੇ ਤੇ ਮਿੱਠੇ ਬੋਲ, ਕਿੰਨੇ ਪਿਆਰੇ ਮਿੱਠੇ ਬੋਲ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ 200 ਸਾਲ ਦੇ ਕਰੀਬ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਥਾਵਾਂ ਤੇ ਜਾਂਦੇ ਨੇ ਤੇ ਉਹ ਲੋਕ ਕਹਿੰਦੇ ਨੇ ਬਾਬਾ ਇੰਨਾ ਚਿਰ ਲਾ ਦਿੱਤਾ ਆਣ ਤੇ ਤੁਸੀਂ, ਪਛਾਣ ਹੋ ਗਈ ਵੀ ਉਹੀ ਹੈ। ਕਿਉਂ? ਉਹਨਾਂ ਨੂੰ ਬੋਲਾਂ ਵਿੱਚੋਂ ਤਰਵਾਸ ਮਿਲਿਆ ਕਿ ਸਾਡਾ ਕੋਈ ਹੈ। ਮੈਂ ਇੱਕ ਬੇਨਤੀ ਕਰਾਂ, ਸਾਨੂੰ ਉਹ ਬਾਬੇ ਦੇ ਬੋਲ ਅੱਜ ਵੀ ਸਹਿਣਸ਼ੀਲਤਾ 'ਚ ਮਿੱਠੇ ਚੇਤੇ ਰੱਖਣੇ ਚਾਹੀਦੇ। ਮਲਿੰਦ ਪ੍ਰਸ਼ਨ ਇੱਕ ਗ੍ਰੰਥ ਹੈ, 2000 ਸਾਲ ਪਹਿਲਾਂ ਲਿਖਿਆ ਗਿਆ ਸੀ। ਉਹਦੇ 'ਚ ਪਾਤਰ ਹੈ ਮਹਾਂਸੈਨ, ਭਿਕਸ਼ੂ ਹੈ, ਰੋਜ਼ ਚੌਧਰੀ ਦੇ ਦਰਬਾਰ ਤੇ ਮੰਗਣ ਜਾਂਦਾ ਤੇ ਚੌਧਰੀ ਅੱਗੋਂ ਬੋਲਦਾ ਦਾਨ ਨਹੀਂ ਦਿੰਦਾ, ਕਹਿੰਦਾ ਵਿਹਲੜ ਮੰਗਤੇ ਭਿਖਾਰੀ ਮੰਗਦੇ ਫਿਰਦੇ ਕੰਮ ਨਹੀਂ ਕਰ ਸਕਦੇ, ਉਹ ਅਗਾਂਹ ਚਲਾ ਜਾਂਦਾ। ਇੱਕ ਦਿਨ ਚੌਧਰੀ ਘਰ ਨਾ ਸੀ, ਉਹਦੀ ਰਾਣੀ ਘਰ ਸੀ। ਜਦੋਂ ਫਿਰ ਭਿਕਸ਼ੂ ਆਇਆ ਕਹਿਣ ਲੱਗਾ ਜਜਮਾਨ ਦਿਓ ਦਾਨ ਦਿਓ ਜਜਮਾਨਣੀ। ਕਹਿਣ ਲੱਗੀ ਪੰਤੇ ਤੂੰ ਹੋਰ ਕਿਸੇ ਘਰੋਂ ਦਾਨ ਲੈ ਲੈ, ਪੰਤਾ ਮੈਨੇ ਭਰਾ ਚਲਾ ਗਿਆ। ਜਦੋਂ ਅੱਗੇ ਚੌਧਰੀ ਮਿਲਿਆ ਕਹਿਣ ਲੱਗਾ ਭਿਕਸ਼ੂ ਅੱਜ ਘਰ ਗਿਆ ਸੀ ਦਾਨ ਮਿਲਿਆ? ਕਹਿੰਦੇ ਹਾਂ ਦਾਨ ਮਿਲਿਆ ਸੀ ਘਰ ਗਿਆ। ਕਹਿੰਦਾ ਪੁੱਛਾਂਗਾ ਜਾ ਕੇ ਲਾਈ ਕਲਾਸ, ਜਦੋਂ ਮੈਂ ਨਹੀਂ ਦਾਨ ਦਿੰਦਾ ਤੂੰ ਕਿਉਂ ਦਿੱਤਾ? ਕਹਿਣ ਲੱਗੀ ਨਹੀਂ ਮੈਂ ਕੁਛ ਨਹੀਂ ਦਾਨ ਦਿੱਤਾ। ਕਹਿਣ ਲੱਗਾ ਅੱਛਾ ਭਿਕਸ਼ੂ ਝੂਠ ਵੀ ਬੋਲਦੇ ਨੇ, ਆਉਣ ਦੇ ਕੱਲ ਨੂੰ ਗੱਲ ਕਰਾਂਗਾ। ਦੂਸਰੇ ਦਿਨ ਭਿਕਸ਼ੂ ਫਿਰ ਗਿਆ, ਦਾਨ ਦਿਓ ਜਜਮਾਨ। ਉਹ ਭਿਕਸ਼ੂ ਤੂੰ ਕੱਲ ਝੂਠ ਬੋਲਿਆ ਸੀ, ਕੀ ਦਾਨ ਮਿਲਿਆ ਸੀ ਤੈਨੂੰ? ਹਾਂ ਜਜਮਾਨ ਦਾਨ ਮਿਲਿਆ ਸੀ, ਤੁਹਾਡੇ ਘਰੋਂ ਦੋ ਮਿੱਠੇ ਬੋਲ ਬਣੇ ਸਨ। ਤੇ ਮਹਾਰਾਜ ਜਜਮਾਨ ਅੰਨ ਧਨ ਮੁੱਕ ਸਕਦਾ ਹੈ ਪਰ ਜਿਹੜੇ ਦੋ ਮਿੱਠੇ ਬੋਲ ਨੇ ਮੈਂ ਸਾਰੀ ਉਮਰ ਨਹੀਂ ਭੁੱਲਾਂਗਾ। ਚੌਧਰੀ ਕਹਿਣ ਲੱਗਾ ਹੈ ਇਹ ਭਿਕਸ਼ੂ ਕਿਹੋ ਜਿਹੇ ਬਣੇ ਹੋਏ ਨੇ, ਮੈਂ ਇੰਨਾ ਕੁਝ ਬੋਲਿਆ ਕੋਈ ਅਸਰ ਨਹੀਂ, ਇੱਕ ਮਿੱਠਾ ਬੋਲ ਇਹਨੂੰ ਚੇਤੇ ਹੈ। ਜਦੋਂ ਜਾਣ ਲੱਗਾ ਕਹਿਣ ਲੱਗਾ ਭਿਕਸ਼ੂ ਮੇਰਾ ਇੱਕੋ ਇੱਕ ਬੇਟਾ ਹੈ, ਮੈਂ ਚਾਹੁੰਦਾ ਉਹ ਵੀ ਤੇਰੇ ਵਰਗਾ ਹੋਵੇ, ਮੈਂ ਭਵ ਸਾਗਰ ਤੋਂ ਪਾਰ ਹੋ ਜਾਂਗਾ, ਮੇਰੇ ਪੁੱਤਰ ਨੂੰ ਵਿਦਿਆ ਪੜ੍ਹਾਏਗਾ? ਕਹਿੰਦਾ ਹਾਂ ਮੈਂ ਜਜਮਾਨ ਪੜ੍ਹਾਵਾਂਗਾ। ਉਹਦਾ ਪੁੱਤਰ ਵਿਦਿਆ ਪੜ੍ਹਿਆ, ਉਹਦਾ ਨਾਮ ਹੋਇਆ ਨਾਗਸੈਨ। ਉਹਨੇ ਗ੍ਰੰਥ ਲਿਖਿਆ, ਮਿਲਿੰਦ ਰਾਜਾ ਨਾਗਸੈਨ ਨੂੰ ਪ੍ਰਸ਼ਨ ਕਰਦਾ, ਕਹਿੰਦਾ ਨਾਗਸੈਨ ਵਿਦਿਆ ਦੇ ਵਿੱਚ ਤੇ ਗਿਆਨ ਵਿੱਚ ਕੋਈ ਫਰਕ ਹੈ ਜਾਂ ਦੋਨੋਂ ਇੱਕੋ ਚੀਜ਼ ਨੇ? ਕਹਿਣ ਲੱਗਾ ਹਾਂ ਮਹਾਰਾਜ ਫਰਕ ਹੈ, ਲੂਣ ਦੀ ਡਲੀ ਨੂੰ ਸਾਡੀ ਅੱਖ ਵੇਖਦੀ ਹੈ ਸਵਾਦ ਜ਼ਬਾਨ ਲੈਂਦੀ। ਜਜਮਾਨ ਅਸੀਂ ਕਹਿੰਦੇ ਇੱਕ ਗੱਡੇ ਤੇ 20 ਮਣ ਲੂਣ ਬਲਦ ਖਿੱਚੀ ਜਾ ਰਹੇ ਨੇ, ਇਹ ਵਾਕ ਦਰੁਸਤ ਨਹੀਂ ਹੈ। ਦਰਅਸਲ ਉਹਨਾਂ ਨੂੰ ਲੂਣ ਦਾ ਨਹੀਂ ਪਤਾ, ਉਹ ਤਾਂ ਭਾਰ ਢੋ ਰਹੇ ਨੇ। ਇੱਕ ਵਾਕ ਜਿਹੜਾ ਤੁਹਾਡੀ ਜ਼ਿੰਦਗੀ ਬਦਲਦਾ ਹੈ ਮਹਾਰਾਜ ਉਹ ਗਿਆਨ ਹੈ, ਬਹੁਤਾ ਵਿਦਿਆ ਦਾ ਭਾਰ ਢੋਈ ਫਿਰਦੇ ਨੇ। ਇਹ ਉਹ ਕ੍ਰੋਧਵਾਨ ਹੋ ਰਹੇ ਨੇ ਜਿਹੜੇ ਪੜ੍ਹੇ ਹੋਏ ਵਿਦਵਾਨ ਨੇ, ਸ਼ੂਦ ਸ਼ੂਦ ਕਹਿ ਕਰ ਮਾਰ ਉਠਾ ਰਹੇ ਹੋ, ਕਹਾਂ ਕਰੋਂ ਬਾਬ ਬਿਠਲਾ ਪਾਤਸ਼ਾਹ ਮੈਂ ਕੀ ਕਰਾਂ ਇਹਨਾਂ ਦੇ ਸਾਹਮਣੇ, ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ਮੂਹੇ ਹੋਏ ਜੋ ਮੁਕਤ ਦੇਹੋਂਗੇ ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਂਡ ਕਹਿਤਾ ਹੈ ਤੇਰੀ ਪੈਰ ਪਛਾਉਂਦੀ ਹੋਇਲਾ। ਪਾਤਸ਼ਾਹ ਮੈਂ ਪੁਜਾਰੀ ਵਾਦ ਵਾਲੀ ਮਰਨ ਤੋਂ ਬਾਅਦ ਮੁਕਤੀ ਕੀ ਕਰਨੀ, ਮੈਂ ਤੇ ਹੁਣ ਇਹਨਾਂ ਚ ਫਸਿਆ, ਹੁਣ ਤੂੰ ਮੇਰੀ ਮਦਦ ਕਰ। ਬੇਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿਨ ਪਾਈ, ਬੰਧਨ ਤੋੜਿਆ ਹੋਵੇ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ। ਔਰ ਵਾਰ ਵਾਰ ਕੇ ਦਾਨੀਆਂ ਲਿਖ ਲੇ ਵੋ ਆਲ ਪਤਾਲ, ਮੋਹ ਜਮ ਡਾਂਡਨ ਲੱਗ ਗਈ ਤਜੀਲੇ ਸਰਬ ਜੰਜਾਲ। ਕਹਿਣ ਲੱਗੇ ਮੈਂ ਇਹਨਾਂ ਨਰਕਾਂ ਸੁਰਕਾਂ ਤੋਂ ਨਹੀਂ ਡਰਦਾ, ਮੈਨੂੰ ਉਹ ਮੁਕਤੀ ਨਹੀਂ ਚਾਹੀਦੀ, ਹੁਣ ਮੈਨੂੰ ਮੁਕਤੀ ਦੇ। ਤੇ ਜਿਵੇਂ ਭਾਈ ਤਲੋਕੇ ਨੂੰ ਜੋਗੀ ਤਿਲਕਾ ਨਹੀਂ ਨਾ ਸਕਿਆ ਤੇ ਆਖਿਰ ਕਹਿਣ ਲੱਗਾ ਸੀ ਗੜ ਸ਼ੰਕਰ ਜੋਗੀ ਕਿ ਭਾਈ ਤਲੋਕਾ ਗੁਰੂ ਦੇ ਵਾਸਤੇ ਮੈਨੂੰ ਹੁਣ ਆਪਣੇ ਦਰਸ਼ਨ ਦੇ। ਕਿਆ ਨਰਕ ਕੋ ਸਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਤੂੰ ਨਰਕ ਸੁਰਗ ਦੋਨੋਂ ਨੂੰ ਨਹੀਂ ਛੱਡ ਦਿੱਤਾ, ਤੂੰ ਕਿਹੋ ਜਿਹਾ ਗੁਰੂ ਦਾ ਸਿੱਖ ਹੈ? ਪਾਤਸ਼ਾਹ ਤੂੰ ਮੇਰੇ ਤੇ ਕਿਰਪਾ ਕਰ। ਇਹ ਪੰਡੀਆ ਮੋਕੋ ਢੇਡ ਕਹਿਦਾ ਹੈ, ਮੈਨੂੰ ਨੀਵਾਂ ਕਹਿੰਦੇ ਨੇ। ਤੇਰੀ ਪੈਜ ਪਛਾਉਂਡੀ ਹੋਏ ਲਾ, ਪਛਾਉਂਡੀ ਮੈਨੇ ਪਛੇਤਰੀ। ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤ ਭੁੱਜ ਪਿਓ ਪਾਰਲਾ। ਪਾਤਸ਼ਾਹ ਤੇਰੇ ਹੁੰਦਿਆਂ ਹੋਇਆ ਇਹ ਮੇਰਾ ਕੁਝ ਵਿਗਾੜ ਸਕਦੇ ਨੇ? ਫਿਰ ਤੀਆ ਦੇਹੁਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ। ਫਿਰ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ।
ਫਿਰ ਜਿਵੇਂ ਜਿਵੇਂ ਰੱਬ ਦੀ ਬੰਦਗੀ ਭਗਤ ਕਰਦਾ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਕਲਾਇਆ, ਜੈਕਾਰ ਕੀਆ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ। ਏ ਫਿਰ ਮਾਲਕ ਆਪਣੇ ਭਗਤਾਂ ਵੱਲ ਨੂੰ ਆਪਣਾ ਮੁੱਖ ਕਰਦਾ ਹੈ, ਬੁਰਾਈ ਵੱਲ ਪਿੱਠ ਕਰ ਲੈਂਦਾ ਹੈ।